ਰੋਜ਼ ਆਣ ਕੇ ਲਿਲਕੜੀਆਂ ਕੱਢਦੀ ਹੈ।
ਇਹਨੇ ਹੱਥ ਜੋੜ ਕੇ ਆਖਿਆ, ਮੈਨੂੰ ਨਾਮ ਦੀ ਪਾਵਰ ਦਾ ਪਤਾ ਲੱਗ ਗਿਆ, ਮੈਨੂੰ ਨਾਮ ਦੀ ਪਾਵਰ ਦਾ ਪਤਾ ਲੱਗ ਗਿਆ, ਮੈਂ ਤਾਂ ਮੰਗਦੀ ਹਾਂ। ਵਾਹਿਗੁਰੂ ਹਰ ਸਿਮਰਨ ਕਰ ਆਉਂਦੀ ਬਣੀ, ਹਰ ਸਿਮਰਨ ਕਰ ਭਗਤ ਪ੍ਰਗਟਾਏ। ਮੈਨੂੰ ਪਤਾ ਲੱਗ ਗਿਆ ਕਿ ਜਿਨ੍ਹਾਂ ਨੇ ਇੱਥੇ ਆਣ ਕੇ ਗੁਰੂ ਸਾਹਿਬ ਦੇ ਨਾਲ ਸੰਘਾਸਨ 'ਤੇ ਜਗ੍ਹਾ ਪ੍ਰਾਪਤ ਕੀਤੀ ਹੈ, ਉਹਨਾਂ ਨੇ ਸੋਨਾ ਦਾਨ ਨਹੀਂ ਕੀਤਾ। ਵਾਹਿਗੁਰੂ ਸਾਰਿਆਂ ਨੂੰ ਆਵਾਜ਼ ਆ ਰਹੀ, ਉਹਨਾਂ ਨੇ ਸੋਨਾ ਦਾਨ ਨਹੀਂ ਕੀਤਾ, ਉਹਨਾਂ ਨੇ ਕੋਈ ਤੀਰਥ ਯਾਤਰਾਵਾਂ ਨਹੀਂ ਕੀਤੀਆਂ। ਉਹਨਾਂ 'ਚ ਗੰਗਾ 'ਚ ਚੁੱਭੀਆਂ ਨਹੀਂ ਮਾਰੀਆਂ, ਉਹਨਾਂ ਜਮਨਾ ਵਿੱਚ ਅਤੇ ਇਲਾਹਾਬਾਦ ਜਾ ਕੇ ਤਰਵੈਣੀਆਂ 'ਚ ਚੁੱਭੀਆਂ ਨਹੀਂ ਮਾਰੀਆਂ ਉਹਨਾਂ ਨੇ ਭਗਤਾਂ ਨੇ। ਇੱਕ ਵੀ ਇਤਿਹਾਸ ਵਿੱਚ ਪ੍ਰਮਾਣ ਨਹੀਂ ਮਿਲਦਾ ਕਿ ਭਗਤ ਰਵਿਦਾਸ ਰਹਿ ਕੇ ਬਨਾਰਸ ਵਿੱਚ ਕਿੱਥੇ, ਬਨਾਰਸ ਵਿੱਚ ਅਤੇ ਗੰਗਾ ਕਿੱਥੋਂ ਨਹੀਂ ਵਗਦੀ, ਬਨਾਰਸ ਦੇ ਕੋਲ ਹੁੰਦੀ। ਇੱਕ ਦਿਨ ਦਾ ਉਹਨਾਂ ਦੇ ਇਤਿਹਾਸ ਵਿੱਚ ਨਹੀਂ ਮਿਲਦਾ ਵੀ ਇੱਕ ਦਿਨ ਭਗਤ ਰਵਿਦਾਸ ਨੇ ਗੰਗਾ ਵਿੱਚ ਨਹਾਤਾ ਹੋਵੇ। ਕੋਈ ਨਹੀਂ ਭਾਜੇ ਪੈਰੀ ਗੱਲ, ਕਬੀਰ ਜੀ ਕਾਂਚੀ ਦੇ ਰਹਿਣ ਵਾਲੇ, ਉੱਥੋਂ ਦੀ ਵੀ ਗੰਗਾ ਲੰਘਦੀ। ਇੱਕ ਦਿਨ ਗੰਗਾ 'ਚ ਨਹੀਂ ਨਹਾਤੇ, ਇੱਥੋਂ ਪਤਾ ਲੱਗਾ ਗੰਗਾ 'ਚ ਨਹਾਉਣ ਨਾਲ ਕਬੀਰ ਜੀ ਨੂੰ ਪ੍ਰਾਪਤੀ ਨਹੀਂ ਹੋਈ। ਜਿਹੜੇ ਲੋਕ ਅਖੋ ਵਾਹਿਗੁਰੂ ਰੌਲਾ ਪਾਉਂਦੇ ਵੀ ਨਦੀਆਂ 'ਚ ਨਹਾਉਣ ਨਾਲ ਪਵਿੱਤਰਤਾ ਮਿਲਦੀ, ਸਮਝ ਰਹੇ, ਨਦੀਆਂ 'ਚ ਚੁੱਭੀਆਂ ਲਾਉਣ ਨਾਲ ਮਨ ਪਵਿੱਤਰ ਹੋ ਜਾਂਦਾ। ਇੱਕ ਬ੍ਰਾਹਮਣ ਖਹਿੜੇ ਹੀ ਪੈ ਗਿਆ ਬਾਬੇ ਕਬੀਰ ਦੇ, ਇੱਕ ਵਾਰ ਮੇਰੇ ਨਾਲ ਚੱਲ ਅਤੇ ਬਨਾਰਸ ਜਾ ਕੇ ਹਰਿਦੁਆਰ ਜਾ ਕੇ ਚੁੱਭੀ ਲਾ ਕੇ ਵੇਖ ਕਾਹਦੇ 'ਚ, ਬੜੇ ਹੌਲੀ ਬੋਲਦੇ ਹੋ, ਬੋਲੋ ਨਾ, ਗੰਗਾ 'ਚ ਜਾ ਕੇ ਚੁੱਭੀ ਲਾ ਕੇ ਵੇਖ। ਗੰਗਾ ਤਾਂ ਇੰਨੀ ਪਵਿੱਤਰ ਆ, ਉਹਦੇ ਵਿੱਚ ਚੁੱਭੀ ਲਾਉਣ ਨਾਲ ਪਵਿੱਤਰਤਾ ਆਉਂਦੀ। ਇੱਕ ਦਿਨ 'ਤੇ ਮੇਰੇ ਨਾਲ ਚੱਲ। ਬਾਬੇ ਕਬੀਰ ਨੇ ਜਿਹੜੇ ਜਵਾਬ ਦਿੱਤੇ ਗੁਰਬਾਣੀ ਵਿੱਚ ਦਰਜ ਨੇ, ਕਹਿੰਦੇ ਤੂੰ ਇੱਕ ਦਿਨ ਚੁੱਭੀ ਲਾ ਕੇ ਮੁੜ ਕਿਉਂ ਆਉਣਾ, ਉੱਥੇ ਹੀ ਰਹਿ ਜਾ, ਕੋਈ ਪਕੜ ਲੱਗਾ ਜੀ, ਤੂੰ ਇੱਕ ਦਿਨ ਚੁੱਭੀ ਲਾ ਕੇ ਮੁੜ ਕੇ ਫਿਰ ਜੋ ਪਿੰਡ ਨੂੰ ਆਉਣਾ ਹੈ। ਪੰਡਿਤ ਨੂੰ ਕਹਿ ਰਹੇ ਕੌਣ, ਬਾਬਾ ਕਬੀਰ ਜੀ, ਗੰਗਾ ਤੀਰ ਜੋ ਘਰ ਕਰੇ, ਤੀਰ ਮਨੇ ਕੰਡ ਕੰਡਾ, ਅਖ ਵਾਹਿਗੁਰੂ, ਗੰਗਾ ਦੇ ਕੰਢੇ ਉੱਤੇ ਘਰ ਬਹਿ ਕੇ ਘਰ ਪਾ ਕੇ ਬਹਿ ਜਾ। ਗੰਗਾ ਤੀਰ ਜੋ ਘਰ ਕਰੇ, ਅਤੇ ਟੂਟੀਆਂ ਦਾ ਪਾਣੀ ਘੜਿਆਂ ਦਾ ਨਾ ਪੀਆ ਕਰ, ਗੰਗਾ ਦਾ ਹੀ ਹਾਜ਼ਰ ਨਹੀਂ ਪਿਪਣੀ ਤੇ ਤੁਸੀਂ ਦੱਸਣਾ ਹੀ, ਪਾਣੀ ਵੀ ਗੰਗਾ ਦਾ ਹੀ ਪੀਆ ਕਰ, ਅਤੇ ਉਹਦੇ ਕੰਢੇ 'ਤੇ ਘਰ ਪਾ ਕੇ ਬਹਿ ਜਾ। ਗੰਗਾ ਤੀਰ ਜੋ ਘਰ ਕਰੇ, ਪੀਵੇ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ। ਮੈਂ ਨਹੀਂ ਕਹਿ ਰਿਹਾ, ਹਾਜ਼ਰ ਹੋ, ਇਹ ਪਰਮਜੀਤ ਸਿੰਘ ਨਹੀਂ ਕਹਿ ਰਿਹਾ, ਇਹ ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦਾ ਚਸ਼ਮਾ ਫੁੱਟ ਰਿਹਾ। ਬਿਨ ਹਰ ਭਗਤ ਨਾ ਮੁਕਤ ਹੋਏ, ਬੋਲੋ ਹਾਂ, ਫਿਰ ਬੋਲੋ, ਗੰਗਾ ਦੇ ਉੱਤੇ ਘਰ ਬਣਾ ਕੇ ਬਹਿਣ ਨਾ, ਉੱਥੋਂ ਪਾਣੀ ਪੀਣ ਨਾਲ, ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੇ ਕਬੀਰ, ਇਉਂ ਕਹਿ ਰਮੇ ਕਬੀਰ। ਕਬੀਰ ਕਹਿੰਦਾ ਮੈਂ ਤਾਂ ਇਸ ਤਰ੍ਹਾਂ ਕਹਿੰਦਾ, ਜੇ ਦੁਨੀਆਂ ਦੇ ਲੋਕੋ ਜੇ ਭੁਗਤੀ ਚਾਹੁੰਦੇ ਹੋ ਨਾ, ਮੁਕਤੀ ਚਾਹੁੰਦੇ, ਤਾਂ ਫਿਰ ਜਪੋ ਵਾਹਿਗੁਰੂ 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 ਵਾਹਿਗੁਰੂ।
ਦ੍ਰਿੜਤਾ ਨਾਲ ਫਿਰ ਫੜੋ ਬਿਨ ਹਰ ਭਗਤ ਨਾਮ ਮੁਕਤ ਹੋਏ। ਮੈਂ ਨਹੀਂ ਕਹਿ ਰਿਹਾ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿ ਰਹੀ, ਗੁਰੂ ਦੇ ਸਿੱਖੋ ਭਗਤੀ ਤੋਂ ਬਿਨਾਂ ਮੁਕਤੀ ਨਹੀਂ। ਪੱਲੇ ਬੰਨ ਲਿਆ ਜੇ ਕਿ ਨਹੀਂ, ਗੁਣ ਰਾਸ ਬੰਨ ਪੱਲੇ ਆਨੀ। ਇੱਕ ਦਿਨ ਕਿਹਾ ਸੀ, ਗੁਣਾਂ ਦੀ ਰਾਸ਼ੀ ਜਿੱਥੋਂ ਮਿਲਦੀ ਹੋਵੇ ਕੀ ਕਰੀਦੀ ਹੈ, ਤੁਹਾਨੂੰ ਹੀਰੇ ਲੱਭਣ, ਹੀਰੇ ਲੱਭਣ। ਅਤੇ ਅਵੇਸਲੀ ਜੀ ਜਗ੍ਹਾ 'ਤੇ ਹੁਣੇ ਇੱਕ ਸਿੰਘ ਕਿਸੇ ਨੂੰ ਕਹਿ ਰਿਹਾ ਸੀ, ਫੋਨ ਨੂੰ ਟਿਕਾਣੇ ਨਾਲ ਪਾ, ਫੋਨ ਨੂੰ ਟਿਕਾਣੇ 'ਚ ਪਾ ਕੇ ਅਤੇ ਡਿੱਗ ਨਾ ਪਏ ਸਿੱਖਾ। ਆਹ ਜਿਹੜੇ ਤੈਨੂੰ ਹੀਰਿਆਂ ਵਰਗੇ ਬਚਨ ਸੁਣ ਡਿਆ ਗੁਰਬਾਣੀ ਦੇ ਪਰਮਜੀਤ ਸਿੰਘ ਦੇ ਨੇ, ਭੁੱਲ ਨਾ ਕਰਿਓ। ਆਖੋ ਵਾਹਿਗੁਰੂ। ਮੈਂ ਕਈ ਵਾਰ ਬੇਨਤੀ ਕਰਦਾ ਹੁੰਦਾ ਵੀ ਜਦੋਂ ਤੁਸੀਂ ਕਹਿੰਦੇ ਹੋ ਨਾ ਪਰਮਜੀਤ ਸਿੰਘ ਨੇ ਕਥਾ ਕੀਤੀ, ਅਤੇ ਉਹਦਾ ਮਾਣ ਵੀ ਇੰਨਾ ਕੁ ਕਰਦੇ ਹੋ ਜਿੰਨਾ ਪਰਮਜੀਤ ਸਿੰਘ ਦਾ ਹੋਣਾ ਚਾਹੀਦਾ। ਨਹੀਂ ਪਤਾ ਲੱਗਾ ਜੀ, ਉਹਦਾ ਮਾਣ ਵੀ ਇੰਨਾ ਕੀ ਕਰਦੇ ਹੋ ਜਿੰਨਾ ਪਰਮਜੀਤ ਸਿੰਘ ਦਾ ਹੋਣਾ ਚਾਹੀਦਾ ਤੁਹਾਡੀਆਂ ਨਜ਼ਰਾਂ 'ਚ। ਜਿੱਦਣ ਤੁਸੀਂ ਇਹ ਕਿਹਾ ਨਾ ਮੈਂ ਅੱਜ ਗੁਰੂ ਗ੍ਰੰਥ ਸਾਹਿਬ ਦੀ ਕਥਾ ਸੁਣ ਕੇ ਆਇਆ, ਅਤੇ ਤੁਸੀਂ ਆਪਣੀ ਸੁਰਤ ਵਿੱਚ ਮਾਣ ਵੀ ਓਨਾ ਹੀ ਕਰੋਗੇ। ਤੁਸੀਂ ਆਖਿਆ ਕਰੋ ਮੈਂ ਅੱਜ ਗੁਰੂ ਗ੍ਰੰਥ ਸਾਹਿਬ ਦੇ ਰਸਨਾ ਤੋਂ ਸ਼ਬਦ ਸੁਣ ਕੇ ਆਇਆ। ਸੁਣਾਉਣ ਵਾਲਾ ਕੋਈ ਸੀ? ਆਖੋ ਵਾਹਿਗੁਰੂ। ਜਿਹਦੇ ਬਚਨ ਸੀ, ਜਿਹਦੀ ਬਾਣੀ ਸੀ, ਉਹ ਤਾਂ ਮੇਰਾ ਸਾਹਿਬ ਸੀ। ਬਿਨ ਹਰ ਭਗਤ ਨਾਮ ਮੁਕਤ ਹੋਏ, ਇਉਂ ਕਹਿ ਰਮੇ ਕਬੀਰ। ਕਬੀਰ ਨੇ ਕੋਈ ਜੰਗਲ 'ਚ ਜਾ ਕੇ ਤਪ ਨਹੀਂ ਕੀਤਾ, ਧਿਆਨ ਦੇਣਾ। ਆਖੋ ਵਾਹਿਗੁਰੂ। ਕਬੀਰ ਨੇ ਨਾਮ ਜਪਣ ਦੀ ਕਿਤੇ ਜੁਗਤੀ ਨਹੀਂ ਸਿੱਖੀ। ਸਹਿਜ ਸੁਭਾਏ ਹੋਏ ਸੋਏ, ਤੁਹਾਡਾ ਵੀ ਜਿੱਦਣ ਕਦੀ ਗੱਲ ਬਣਨੀ ਹੈ ਨਾ, ਆਖੋ ਵਾਹਿਗੁਰੂ। ਕਿਸ ਤਰ੍ਹਾਂ ਬਣਨੀ? ਇਤਰਾਂ ਬੈਠੋ ਤੇ ਮੈਨੂੰ ਦੱਸੋ ਕਿ ਸਿੱਖ ਕੇ ਇਹ ਆਹ ਗੱਡੀ ਨਹੀਂ ਜਿਹਦਾ ਲਾਇਸੈਂਸ ਲੈਣ ਨੂੰ ਕਿਸੇ ਕੋਲੋਂ ਟ੍ਰੇਨਿੰਗ ਲੈ ਲਓਗੇ। ਇਹ ਗੱਡੀ ਚਲਾਉਣੀ ਤੁਸੀਂ ਆ ਤੇ ਸਿਖਾਉਣੀ ਗੁਰੂ ਨੇ ਆ। ਆਖੋ ਵਾਹਿਗੁਰੂ। ਜਦੋਂ ਕਿਸੇ ਨੂੰ ਟ੍ਰੇਨਿੰਗ ਦਿੰਦਾ ਹੈ ਡਰਾਈਵਰੀ ਸਿਖਾਉਣ ਵਾਲਾ, ਕਹਿੰਦਾ ਰਿਲੈਕਸ ਹੋ ਕੇ। ਕੀ ਕਹਿੰਦਾ ਜੀ? ਰਿਲੈਕਸ ਹੋ ਕੇ ਸੁਣਾ, ਤੂੰ ਇਹਨੂੰ ਚਲਾ ਗੱਡੀ ਨੂੰ। ਗੁਰੂ ਵੀ ਕਹਿੰਦਾ ਸਹਿਜ ਸੁਭਾਏ ਹੋਵੇ ਸੋ ਹੋਏ। ਨਹੀਂ ਪਤਾ ਲੱਗਾ ਜੀ? ਸਹਿਜ ਸੁਭਾਈ ਜਿਸ ਤਰ੍ਹਾਂ ਤੁਸੀਂ ਵਾਹਿਗੁਰੂ ਵਾਹਿਗੁਰੂ ਕਰਦੇ, ਇਹਦੇ 'ਚ ਹੀ ਪ੍ਰਾਪਤੀ ਹੋਣੀ। ਆਖੋ ਵਾਹਿਗੁਰੂ। ਹਰ ਕਾ ਨਾਮ ਜਪਤ ਦੁੱਖ ਜਾਏ, ਇਹ ਸੁਖਮਨੀ ਦੇ ਬਚਨ ਆ, ਉਹ ਤੇ ਔਖੇ ਕੋਈ ਨਹੀਂ। ਹਰ ਕਾ ਨਾਮ ਜਪਤ ਦੁੱਖ ਜਾਏ ਲਿਖਿਆ ਹੈ ਜੀ ਸੁਖਮਨੀ 'ਚ, ਇੱਕ ਵਾਰ ਦੱਸੋ। ਹਰ ਕਾ ਨਾਮ ਜਪਤ ਦੁੱਖ ਜਾਏ। ਮਹਾਰਾਜ ਅਸੀਂ ਤੇ ਬੜਾ ਬੜਾ ਚਿਰ ਜਪਦੇ ਤੇ ਸਾਡੇ ਘਰ 'ਚ ਤੇ ਕਲੇ ਨਿਕਲਦੀ ਨਹੀਂ। ਆਖੋ ਵਾਹਿਗੁਰੂ। ਅਸੀਂ ਜਪਦੇ ਹਾਂ ਘੰਟਿਆਂ ਮਧੀ, ਮਗਰ ਸਾਡੇ ਘਰ 'ਚੋਂ ਤੂੰ ਨਾਮ ਜਪਣਾ ਵੀ ਕਿਤੇ ਸਿੱਖਿਆ ਹੈ, ਤਾਂ ਨਹੀਂ ਜਾਂਦੀ ਕਲੇ, ਤਾਂ ਨਹੀਂ ਦੁੱਖ ਜਾਂਦੇ। ਆਖਿਆ ਜੀ ਫਿਰ ਕੀ ਕਰਿਆ ਕਰਾਂ? ਤੁਸੀਂ ਅਗਲੀ ਤੁਕ ਬੋਲਦੇ ਹੋ ਨਾ, ਮੈਨੂੰ ਖੁਸ਼ੀ ਚੜੋ। ਨਾਨਕ ਬੋਲੇ ਇੱਥੇ ਤੱਕ ਜੁਗਤੀ ਦੀ ਜ਼ਰੂਰਤ ਹੀ ਨਹੀਂ। ਆ ਸੰਗਤ ਵਿੱਚ ਬੈਠੇ ਸਹਿਜ ਸੁਭਾਈ ਬੋਲੋ, ਵਾਹਿਗੁਰੂ 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 ਵਾਹਿਗੁਰੂ। ਕੋਈ ਜੁਗਤੀ ਨਹੀਂ। ਵਾਹਿਗੁਰੂ 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 ਵਾਹਿਗੁਰੂ।
ਸਭ ਸੁਣਨੇ ਆ ਵਾਹਿਗੁਰੂ 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 ਸ੍ਰੀ ਵਾਹਿਗੁਰੂ ਆਹ ਭਜਨ ਕਰਦਿਆਂ ਕਰਦਿਆਂ ਮੈਂ ਕੁਝ ਕਿਹਾ ਜੀ ਆਪ ਕਥੈ ਨਹੀਂ ਉਹਦੀ ਬਣੀ ਆਪ ਕਥੈ ਆ ਜੁਗਤੀ ਆਪ ਹੀ ਕਹੋ ਤੇ ਆਪ ਹੀ ਸੁਣੋ ਤੁਸੀਂ ਕਹਿੰਦੇ ਹੋ ਕਵਾਂ ਮੈਂ ਤੇ ਸੁਣ ਲੋਕ ਕਵਾਂ ਮੈਂ ਤੇ ਲੋਕ ਸੁਣ ਕੇ ਬਾਹਰ ਜਾ ਕੇ ਆਖਣ ਭਾਜੀ ਤੁਹਾਡਾ ਤੇ ਨਾਮ ਬੜਾ ਚੱਲਣ ਡਿਆ ਸੀ ਵਾਹਿਗੁਰੂ ਇਹਨੂੰ ਸੁਣਨਾ ਵੀ ਤੈਨੂੰ ਹੀ ਪੈਣਾ ਜੋ ਤੂੰ ਕਹਿ ਰਿਹਾ ਨਾ ਜਦੋਂ ਤੂੰ ਕਦੀ ਧੰਨ ਗੁਰੂ ਨਾਨਕ ਦੀ ਅੰਮ੍ਰਿਤ ਬਾਣੀ ਚ ਚੁੱਭੀਆਂ ਮਾਰੇਗਾ ਆਖੇ ਵਾਹਿਗੁਰੂ ਵਾਹਿਗੁਰੂ ਗਾੜੀ ਬੋਲੋ ਨਾ ਵਾਹਿਗੁਰੂ ਆਪ ਉਪਦੇਸੀ ਆਪ ਉਪਦੇਸੀ ਸਮਝੇ ਤੁਸੀਂ ਕਹਿੰਦੇ ਉਹ ਉਪਦੇਸ਼ ਕਰ ਰਿਹਾ ਤੇ ਅਸੀਂ ਸਮਝ ਰਹੇ ਹਾਂ ਉਹ ਕਹਿੰਦਾ ਉਪਦੇਸ਼ ਵੀ ਆਪ ਹੀ ਕਰ ਰਿਹਾ ਤੇ ਸਮਝ ਵੀ ਆਪ ਹੀ ਰਿਹਾ ਆਪ ਉਪਦੇਸ਼ ਸਮਝੇ ਆਪ ਇਹ ਬ੍ਰਹਮ ਗਿਆਨ ਦੇ ਬਚਨ ਨੇ ਗੁਰਬਾਣੀ ਚ ਇੱਕਵੀਂ ਅਸ਼ਟਪਦੀ ਤੋਂ ਅੱਗੇ ਜਾ ਕੇ ਜਿੰਨੇ ਬਚਨ ਨੇ ਕਿੰਨਵੀਂ ਤੋਂ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪ ਹੀ ਆਪ ਦੂਸਰਾ ਕੋਈ ਨਹੀਂ ਹੈਗਾ ਆਪ ਉਪਦੇਸ਼ ਹੈ ਤੇ ਸਮਝੇ ਆਪ ਹੀ ਉਪਦੇਸ਼ ਕਰਨ ਵਾਲਾ ਹੈ ਆਪ ਹੀ ਕਹਿਣ ਵਾਲਾ ਤੇ ਆਪ ਹੀ ਆਖੇ ਤਾਂ ਵੇਖੇ ਸਭ ਤੂੰ ਹੈ ਆਖੇ ਆਖਣ ਵਾਲਾ ਵੀ ਤੂੰ ਹੈ ਵੇਖਣ ਵਾਲਾ ਵੀ ਤੂੰ ਹੈ ਮਗਰ ਭਲਿਆ ਤੂੰ ਅਜੇ ਇੰਨਾ ਬਾਣੀ 'ਚ ਉਤਰਿਆ ਨਹੀਂ ਬਾਣੀ ਨੂੰ ਮੱਥਾ ਟੇਕਿਆ ਆਖੋ ਵਾਹਿਗੁਰੂ ਸਤਿਕਾਰ ਕੀਤਾ ਹੈ ਤੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅੰਮ੍ਰਿਤ ਬਾਣੀ ਦਾ ਬਾਣੀ ਨੂੰ ਇਤਰਾ ਨਹੀਂ ਪੜਿਆ ਜੀ ਜੰਤ ਕੇ ਠਾਕੁਰਾ ਸ਼ਬਦ ਆਪੇ ਆਇਆ ਜੇ ਨਾਨਕ ਇੱਕੋ ਪਸਰਿਆ ਜੇ ਤੁਸੀਂ ਕਦੀ ਵਿਚਾਰਿਆ ਹੁੰਦਾ ਫਿਰ ਸੱਸ ਸੱਸ ਨਹੀਂ ਸੀ ਦਰਾਣੀ ਦਰਾਣੀ ਨਹੀਂ ਸੀ ਜਠਾਣੀ ਜਠਾਣੀ ਨਹੀਂ ਸੀ ਆਪ ਹੀ ਸੀ ਨਾਨਕ ਇੱਕੋ ਪਸਰਿਆ ਬੋਲੋ ਜਰਾ ਨਾਨਕ ਇੱਕੋ ਪਸਰਿਆ ਫਿਰ ਦਰਾਣੀ ਦੇ ਵਿੱਚ ਕੌਣ ਸੀ ਜਠਾਣੀ 'ਚ ਕੌਣ ਸੀ ਆਪ ਫਿਰ ਤਾਂ ਨਿੰਦਾ ਹੋਣੀ ਨਹੀਂ ਸੀ ਪੰਜ ਪੰਜ ਸੁਖਮਨੀ ਦੇ ਪਾਠ ਕਰਨ ਵਾਲੀ ਵੀ ਤਾਂ ਨਿੰਦਾ ਕਰਦੀ ਹੈ ਨਾ ਇੱਕ ਇੱਕ ਜਪਜੀ ਦੇ ਪਾਠ ਕਰਨ ਵਾਲੇ ਵੀ ਤਾਂ ਵਿਰੋਧਤਾ ਰੱਖਦੇ ਨੇ ਨਾ ਮਨ ਵਿੱਚ ਇਹਨਾਂ ਨੇ ਉਹ ਨਹੀਂ ਪੜਿਆ ਆਖੋ ਵਾਹਿਗੁਰੂ ਵਾਹਿਗੁਰੂ ਬੋਲੋ ਨਾ ਵਾਹਿਗੁਰੂ ਏਕ ਮੂਰਤ ਅਨੇਕ ਦਰਸ਼ਨ ਪੜ੍ਹਦੇ ਹੋ ਕਦੀ ਬੋਲੋ ਨਾ ਏਕ ਮੂਰਤ ਮੂਰਤ ਇੱਕੋ ਹੀ ਹੈ ਦਰਸ਼ਨ ਕਿਤੇ ਸੱਸ ਦੇ ਰੂਪ ਵਿੱਚ ਹੋ ਰਿਹਾ ਪਕੜਿਓ ਕਿਤੇ ਦਰਾਣੀ ਦੇ ਰੂਪ ਵਿੱਚ ਕਿਤੇ ਨਨਾਮ ਦੇ ਰੂਪ ਵਿੱਚ ਕਿਤੇ ਸਹੁਰੇ ਦੇ ਰੂਪ ਵਿੱਚ ਕਿਤੇ ਦਿਓਰ ਦੇ ਰੂਪ ਵਿੱਚ ਅਨੇਕ ਦਰਸ਼ਨ ਮੂਰਤ ਤੇਰੀ ਮੂਰਤ ਏਕਾ ਬਹੁਤ ਰੂਪ ਹੈਗਾ ਜੀ ਬਸੰਤ ਰਾਗ ਤੇਰੀ ਮੂਰਤ ਏਕਾ ਇੱਕ ਤੇਰੀ ਮੂਰਤ ਹੈ ਮਗਰ ਰੂਪ ਤੇਰੇ ਸਾਰੇ ਬੋਲੋ ਆਨੰਦ ਆਊਗਾ ਮੂਰਤ ਇੱਕ ਹੈ ਤੇ ਰੂਪ ਉਹਦੇ ਤੇਰੀ ਮੂਰਤ ਇੱਕ ਬਹੁਤ ਰੂਪ ਕਿਸ ਪੂਜ ਚੜਾਉ ਇਹਨਾਂ ਚੋਂ ਸੱਸ ਨੂੰ ਪੂਜਾ ਕਰਨ ਲੱਗ ਪਾ ਆਖੋ ਵਾਹਿਗੁਰੂ ਵਾਹਿਗੁਰੂ ਸੱਸ ਰੂਪ ਬਣਾਇਆ ਤੂੰ ਹੈ ਵਿੱਚ ਤੂੰ ਹੀ ਆਖੋ ਵਾਹਿਗੁਰੂ ਵਾਹਿਗੁਰੂ ਬਾਹਰਲੀ ਢੇਰੀ ਨਾਲੋਂ ਟੁੱਟ ਕੇ ਤੁਸੀਂ ਅੰਦਰਲੀ ਜੋਤ ਨੂੰ ਪਛਾਣੋਗੇ ਤੇ ਸੱਚੀ ਮੁੱਚੀ ਉਹ ਤੋਂ ਬਿਨਾਂ ਦੂਸਰਾ ਹੈ ਹੀ ਕੋਈ ਨਹੀਂ ਸਭ ਲੜਾਈਆਂ ਮੁੱਕਣਗੀਆਂ ਸਭ ਝਗੜੇ ਮੁੱਕਣਗੇ ਦੁਨੀਆਂ ਦੇ ਤੇਰੀ ਮੂਰਤ ਏਕਾ ਚੰਗੀ ਤਰ੍ਹਾਂ ਦ੍ਰਿੜ ਕਰੋ ਤੇਰੀ ਮੂਰਤ ਏਕਾ ਬਹੁਤ ਰੂਪ ਕਿਸ ਪੂਜ ਚੜਾਵੂ ਦੇਊਂ ਧੂਪ ਕਿਹਦੀ ਪੂਜਾ ਕਰਾਂ ਕਿਹਦੇ ਅੱਗੇ ਧੂਹ ਜਗਾਵਾਂ ਮੂਰਤ ਤੇਰੀ ਇੱਕ ਹੈ ਤੇ ਤੂੰ ਐਸਾ ਭੁਲੇਖਾ ਪਾਇਆ ਹੈ ਮੈਂ ਕਹਿੰਦੀ ਹਾਂ ਨਾ ਨਾ ਮੇਰੀ ਸੱਸ ਥੋੜ੍ਹੀ ਰੱਬ ਹੋ ਸਕਦੀ ਇਹ ਤਾਂ ਬੜੀ ਨੈਣ
ਆਖੋ ਵਾਹਿਗੁਰੂ ਵਾਹਿਗੁਰੂ। ਮੇਰੀ ਨਣੈਣ ਰੱਬ ਨਹੀਂ ਹੋ ਸਕਦੀ। ਨਣਾਨ ਨੇ ਤੇ ਮੈਨੂੰ ਆਹ ਕੁਝ ਕਹਿ ਦਿੱਤਾ, ਤੂੰ ਅੰਦਰ ਨਾਲ ਨਹੀਂ ਜੁੜਿਆ। ਜਿੱਦਣ ਕਦੇ ਅੱਖਾਂ 'ਚ ਅੱਖਾਂ ਪਾ ਕੇ ਵੇਖੇਗਾ ਨਾ ਸੱਚੀ ਮੁੱਚੀ ਸਰਬ ਭੂਤ ਆਪ ਵਰਤਾਰਾ ਸਰਬ ਨੈਣ ਇੱਕੋ ਸੀ ਆਪ ਹੀ, ਮਗਰ ਤੂੰ ਆਪ ਤੱਕ ਨਹੀਂ ਅਜੇ ਪਹੁੰਚਿਆ। ਸੱਚੀ ਮੁੱਚੀ ਕਹਿੰਦਾ ਵੀ ਆਪ ਹੀ, ਤੂੰ ਸੁਣਦਾ ਵੀ ਉਹ ਆਪ ਹੀ। ਤੁਸੀਂ ਵੀ ਜਦੋਂ ਵਾਹਿਗੁਰੂ ਜਪਦੇ ਹੋ ਨਾ ਆਪ ਹੀ ਕਹੋ, ਤੁਸੀਂ ਇਹਨਾਂ ਤੋਂ ਲਾਗੇ ਬੈਠਾ ਸੁਣੇ ਤੇ ਬਾਹਰ ਜਾ ਕੇ ਆਖੇ ਭਾਅ ਜੀ ਤੁਹਾਡੀ ਆਵਾਜ਼ ਬੜੀ ਸੋਹਣੀ ਨਿਕਲਣ ਡਈ ਸੀ, ਤੁਹਾਡਾ ਸਿਮਰਨ ਚੱਲਦਾ ਹੈ, ਤੁਸੀਂ ਫਿਰ ਪਾਣੀ ਬਾਹਰ ਡੋਲ ਰਹੇ ਹੋ, ਤੁਸੀਂ ਅੰਮ੍ਰਿਤ ਬਾਹਰ ਡੋਲ ਰਹੇ ਹੋ, ਗੇੜੋ ਵੀ ਆਪ ਤੇ ਪੀਓ ਵੀ ਆਪ, ਪਿਆਸ ਕਦੀ ਗੁਜਦੀ? ਆਖੋ ਵਾਹਿਗੁਰੂ ਗੱਡੀ ਬੋਲੋ ਨਾ, ਚੌਂਗੜਾ ਮਾਰ ਕੇ ਬੈਠੋ, ਚੌਂਗੜਾ ਮਾਰ ਕੇ ਸੋਹਣੀ ਤਰ੍ਹਾਂ। ਜਿਹੜਾ ਬੰਦਾ ਨਲਕਾ ਗੇੜਦਾ ਹੋਵੇ ਤੇ ਪਾਣੀ ਲੋਕਾਂ ਨੂੰ ਪਿਆਉਂਦਾ ਹੋਵੇ ਉਹਦੀ ਪਿਆਸ ਬੁਝਦੀ? ਗੇੜਨਾ ਵੀ ਤੈਨੂੰ ਆਪ ਪੈਣਾ ਤੇ ਬੁੱਕ ਵੀ ਤੈਨੂੰ ਅੱਗੇ ਕਰਕੇ ਵੇਖ। ਵਾਹਿਗੁਰੂ 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 ਵਾਹਿਗੁਰੂ। ਮੈਂ ਇੱਥੋਂ ਸ਼ੁਰੂ ਕੀਤਾ ਵੀ ਤੂੰ ਆਣ ਕੇ ਰੋਜ਼ ਕੀ ਆਖਿਆ ਸੀ, ਨਾਮ ਕਿਉਂ ਮੰਗਦਾ? ਲੋਕ ਬਹੁਤ ਸਾਰੇ ਨੇ ਜਿਹੜੇ ਆਣ ਕੇ ਧੀਆਂ ਮੰਗਦੇ, ਪੁੱਤ ਮੰਗਦੇ, ਦੌਲਤਾਂ ਮੰਗਦੇ, ਤੂੰ ਕੇਵਲ ਇਹਨਾਂ ਆਪਣਾ ਨਾਮ ਜਪਾਵੋ। ਤੇ ਅੱਗੋਂ ਇਹਨੇ ਜਵਾਬ ਦਿੱਤਾ, ਮੈਨੂੰ ਨਾਮ ਦੀ ਕੀਮਤ ਦਾ ਪਤਾ ਲੱਗ ਗਿਆ, ਨਾਮ ਦੀ ਕੀਮਤ ਦਾ ਪਤਾ ਲੱਗ ਗਿਆ। ਕੀ ਪਤਾ ਲੱਗੇ? ਤੇਰੇ ਸਿੰਘਾਸਣ ਤੱਕ ਜੇ ਕੋਈ ਪਹੁੰਚਿਆ ਹੈ ਨਾ ਇੱਥੋਂ ਤੱਕ, ਤੇ ਕਬੀਰ ਨੇ ਕੋਈ ਸੋਨਾ ਦਾਨ ਨਹੀਂ ਕੀਤਾ। ਇਹ ਗੱਲ ਨੋਟ ਕਰਿਓ ਮੇਰੀਆਂ ਬੱਚੀਆਂ ਗੁਰਸਿੱਖ, ਇੱਥੇ ਕਈ ਬਾਬੇ ਆਉਂਦੇ, ਕਈ ਰਾਗੀ ਆਉਂਦੇ, ਕਹਿੰਦੇ ਉੱਥੇ ਜੀ ਆਹ ਬਣਾਉਣ ਡਿਆ ਤੇ ਤੁਹਾਡੇ ਵਰਗੀਆਂ ਭੋਲੀਆਂ ਮੇਰੀਆਂ ਧੀਆਂ ਚੰਨੀਆਂ ਲਾ ਲਾ ਕੇ ਉਹਦੇ ਅੱਗੇ ਸੁੱਟੀ ਜਾਂਦੀਆਂ। ਵਾਹਿਗੁਰੂ। ਜੇ ਰੱਬ ਦੇ ਸਿੰਘਾਸਣ ਤੇ ਜਾਣਾ ਉੱਥੇ ਸੋਨੇ ਦੀ ਜ਼ਰੂਰਤ ਨਹੀਂ। ਵਾਹਿਗੁਰੂ। ਕੰਚਨ ਸਿਉਂ ਪਾਈਏ ਨਹੀਂ ਤੋਰੇ, ਇੱਕ ਵਾਰ ਬੋਲੋਗੇ? ਕੰਚਨ ਸਿਉਂ ਪਾਈਏ ਨਹੀਂ ਤੋਰੇ, ਕੰਚਨ ਵੀ ਸੋਨਾ। ਬਾਬਾ ਕਬੀਰ ਕਹਿੰਦਾ ਉੱਥੇ ਸੋਨੇ ਨਾਲ ਧੁੱਲਦਾ ਹੀ ਨਹੀਂ। ਜੇ ਤੁਸੀਂ ਪੁੱਛੋ ਮੇਰੀਆਂ ਬੱਚੀਆਂ ਵੀਰ ਗੁਰਸਿੱਖ ਪਿਆਰੇ, ਜੇ ਸੋਨੇ ਨਾਲ ਨਹੀਂ ਧੁੱਲਦਾ, ਸੋਨਾ ਤਾਂ ਅਸੀਂ ਬੜਾ ਕੀਮਤੀ ਕਹਿੰਦੇ, ਸੋਨੇ ਨਾਲ ਨਹੀਂ ਧੁੱਲਦਾ ਹੋਰ ਕੀ ਲੈਂਦਾ? ਮਨ ਦੇ, ਮਨ ਦੇ ਰਾਮ ਲਿਆ ਹੋਏ ਬੋਲ। ਦੁਨੀਆਂ ਦੇ ਲੋਕੋ ਅਬ ਮੋਏ ਰਾਮ ਆਪਣਾ ਕਰ ਜਾਣਿਆ, ਮੈਂ ਆਪਣਾ ਬਣਾ ਲਿਆ ਉਹਨੂੰ। ਕੀ ਦਿੱਤਾ ਜੀ? ਸੋਨਾ ਤੇ ਤੂੰ ਦਿੱਤਾ ਨੀ, ਕਹਿੰਦੇ ਮੈਂ ਆਪਣਾ ਮਨ ਦਿੱਤਾ ਹੈ, ਮੈਂ ਆਪਣਾ ਮਨ ਉਹਦੇ ਚਰਨਾਂ 'ਚ ਭੇਟਾ ਕਰਤਾ। ਆਖੋ ਵਾਹਿਗੁਰੂ ਵਾਹਿਗੁਰੂ। ਕਬੀਰ ਨੇ ਸੋਨਾ ਦਾਨ ਨਹੀਂ ਕੀਤਾ, ਰਵਿਦਾਸ ਨੇ ਸੋਨਾ ਦਾਨ ਨਹੀਂ ਕੀਤਾ, ਆਖੋ ਵਾਹਿਗੁਰੂ ਵਾਹਿਗੁਰੂ। ਇੱਥੋਂ ਤੱਕ ਲਿਖ ਦਿੱਤਾ ਅਸ ਦਾਨ, ਗਜ ਦਾਨ, ਸੇਜਾ ਨਾਰੀ ਭੂਮ ਦਾਨ, ਐਸੋ ਦਾਨ ਨਿੱਤ ਨਿੱਤੇ ਕੀਜੇ। ਨਹੀਂ ਪਤਾ ਲੱਗਾ ਜੀ? ਅਸ ਬਣੇ ਘੋੜੇ, ਗਜ ਬਣੇ ਹਾਥੀ, ਸੁਣਿਓ ਜੀ, ਤੇ ਇੱਕ ਦਿਨ ਨਹੀਂ ਰੋਜ਼ ਹੀ ਘੋੜੇ ਦਾਨ ਕਰੇ, ਹਾਥੀ ਦਾਨ ਕਰੇ, ਔਰਤ ਦਾਨ ਕਰੇ। ਆਖੋ ਵਾਹਿਗੁਰੂ ਵਾਹਿਗੁਰੂ। ਅੱਜ ਕੀ ਬੋਲੋ ਨਾ ਵਾਹਿਗੁਰੂ। ਅੱਗੇ ਪੰਡਤਾਂ ਨੇ ਇਹ ਵੀ ਵਹਿਮ ਪਾਏ ਹੁੰਦੇ ਸੀ ਵੀ ਇੱਕ ਔਰਤ ਬੱਚੀ ਨੂੰ ਸੋਨੇ ਨਾਲ ਪੂਰੀ ਲੱਦ ਕੇ ਸ਼ਿੰਗਾਰ ਕੇ
ਜੇ ਤੁਸੀਂ ਪੰਡਿਤ ਨੂੰ ਦਾਨ ਕਰੋਗੇ ਤੇ ਪੰਡਿਤ ਤੁਹਾਨੂੰ ਸਵਰਗਾਂ 'ਚ ਜਗ੍ਹਾ ਬਚਾਊਗਾ। ਹੁਣ ਤੁਹਾਨੂੰ ਬਾਬੇ ਕਹਿੰਦੇ, ਫਰਕ ਥੋੜਾ ਪਿਆ ਹੈ, ਸਰੂਪ ਬਦਲਿਆ, ਕਰਤੂਤ ਨਹੀਂ ਬਦਲੀ। ਕਿਉਂ ਨਾ ਹਰ ਇੱਕ ਬਾਬਾ, ਹਰ ਇੱਕ ਪ੍ਰਚਾਰਕ ਤੁਹਾਨੂੰ ਕਹੇ ਭਾਈ ਰੱਬ ਦੇ ਨਾਮ ਤੋਂ ਬਿਨਾਂ ਮੁਕਤੀ ਨਹੀਂ ਜੇ ਹੋਣੀ। ਵਾਹਿਗੁਰੂ ਆਖੋ, ਵਾਹਿਗੁਰੂ ਵਾਹਿਗੁਰੂ। ਐਸੋ ਦਾਨ, ਘੋੜੇ ਦਾਨ, ਹਾਥੀ ਦਾਨ, ਔਰਤ ਦਾਨ, ਔਰਤ ਨੂੰ ਸੋਨਾ ਤੋਂ ਪੈਰਾਂ ਤੋਂ ਲੈ ਕੇ ਸਿਰ ਤੱਕ ਸੋਨੇ 'ਚ ਮੜ ਕੇ ਦਾਨ ਕਰਦੇ ਸੀ ਪੰਡਤਾਂ ਨੂੰ, ਅਤੇ ਪੰਡਿਤ ਕਹਿੰਦੇ ਸੀ ਤੁਹਾਨੂੰ ਦਰਗਾਹ ਜਗ੍ਹਾ ਦਵਾਵਾਂਗੇ। ਐਸੋ ਦਾਨ ਨਿਤੈ ਨਿਤ ਕੀਜੇ, ਤਕਰਦਾ ਨੂੰ ਆਖੋ ਵਾਹਿਗੁਰੂ। ਅੱਗੇ ਲਿਖਿਆ ਆਪ ਬਰਾਬਰ ਕੰਚਨ ਦੀ ਜੈ, ਆਪ ਬਰਾਬਰ ਕੰਚਨ ਦੀ ਜੈ, ਇਹਦਾ ਮਤਲਬ ਕੀ? ਆਪਣੇ ਬਰਾਬਰ, ਤੁਸੀਂ ਬੋਲੋ ਜੀ, ਆਪਣੇ ਵੇਟ ਦੇ ਬਰਾਬਰ, ਆਪਣੇ ਵੇਟ ਦੇ ਬਰਾਬਰ ਸੋਨਾ ਦਾਨ ਕਰ, ਤਾਂ ਵੀ ਰੱਬ ਨਹੀਂ ਮਿਲਣਾ। ਇੱਕ ਚੋ ਲਾ ਕੇ ਤੂੰ ਜੇ ਦੇ ਦਿੱਤੀਆਂ ਨੇ ਵਾਲੀਆਂ, ਤਾਂ ਇਹਦੇ ਨਾਲ ਕਿਹੜੀ ਵੱਡੀ ਹੋ ਗਈ, ਇਸ ਤਰ੍ਹਾਂ ਕੁਝ ਨਹੀਂ ਬਣਨਾ। ਉਹਨੇ ਦਾਨ ਨਹੀਂ ਕੀਤਾ ਸੋਨਾ, ਰਵਿਦਾਸ ਨੇ ਦਾਨ ਨਹੀਂ ਕੀਤਾ, ਨਾਮਦੇਵ ਨੇ ਦਾਨ ਨਹੀਂ ਕੀਤਾ। ਆਖੋ ਵਾਹਿਗੁਰੂ ਵਾਹਿਗੁਰੂ। ਕੀ ਕੀਤਾ ਹੈ? ਵਾਹਿਗੁਰੂ 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 ਵਾਹਿਗੁਰੂ। ਹੁਣ ਵੀ ਤੁਸੀਂ ਪੁੱਛੋ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ, ਨਾਮਦੇਵ ਨੇ, ਰਵਿਦਾਸ ਨੇ, ਕਬੀਰ ਨੇ ਸੋਨਾ ਦਾਨ ਨਹੀਂ ਕੀਤਾ, ਜੰਗਲਾਂ 'ਚ ਜਾ ਕੇ ਤਪ ਨਹੀਂ ਕੀਤਾ, ਆਖੋ ਵਾਹਿਗੁਰੂ ਵਾਹਿਗੁਰੂ। ਕੋਈ ਘਰ ਨਹੀਂ ਦਾਨ ਕੀਤਾ, ਕੋਈ ਅੰਨ ਨਹੀਂ ਦਾਨ ਕੀਤਾ, ਤੁਹਾਡੇ ਸਿੰਘਾਸਨ 'ਤੇ ਕਿਤਨਾ ਆਣ ਕੇ ਬਹਿ ਗਿਆ। ਇਤਨਾ ਲਿਖਿਆ ਵੀ ਬਾਬਾ ਕਬੀਰ ਕਹਿੰਦਾ ਅਬ ਤੋਂ ਜਾਏ ਚੜ੍ਹੇ ਸਿੰਘਾਸਨ, ਜਦੋਂ ਛੋਟੀ ਮੋਟੀ ਵਸਤਾ ਨਹੀਂ ਗਈ, ਰੱਬ ਨੂੰ ਕਹਿਣਾ ਜਰਾ ਕੁ ਪਰੇ ਹੋ, ਮੈਂ ਵੀ ਇੱਥੇ ਬਹਿਣਾ ਹੈ, ਕੋਈ ਛੋਟੀ ਜਿਹੀ ਗੱਲ ਨਹੀਂ। ਤੁਸੀਂ ਕਿਸੇ ਮਾਲਕ ਨੂੰ, ਇੱਕ ਸਰਸੇ ਵਾਲੇ ਦਾ ਚੇਲਾ ਮੈਨੂੰ ਕਹਿੰਦਾ ਤੁਹਾਡੇ, ਤੁਸੀਂ ਇੰਨਾ ਰੌਲਾ ਐਵੇਂ ਪਾਤਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਿੱਚ ਅਤੇ ਸਰਸੇ ਵਾਲੇ ਸਾਡੇ ਬਾਬੇ ਦੇ ਵਿੱਚ, ਕੀ ਫਰਕ ਆ? ਆਖੋ ਵਾਹਿਗੁਰੂ ਵਾਹਿਗੁਰੂ। ਸੁਣ ਰਹੇ ਹੋ ਕੀ ਫਰਕ ਆ ਉਹਦੇ 'ਚ? ਉਹ ਵੀ ਦੇਹਧਾਰੀ ਸੀ, ਤੁਹਾਡਾ ਗੁਰੂ ਵੀ, ਸਾਡਾ ਵੀ ਦੇਹਧਾਰੀ, ਤੁਸੀਂ ਲਾਂਭੇ ਦਿੰਦੇ ਹੋ। ਮੈਂ ਕਿਹਾ ਹਾਂ ਕੋਈ ਗੱਲ ਨਹੀਂ, ਸਰੀਰ ਵਿੱਚ ਸੀ ਮੇਰਾ ਸਾਹਿਬ ਵੀ ਉਦੋਂ, ਅਤੇ ਸਰੀਰ ਵਿੱਚ ਅੱਜ ਤੇਰਾ ਬਾਬਾ ਹੈਗਾ ਨਾ, ਇੱਕ ਦਿਨ ਜਾ ਸਰਸੇ, ਆਖੋ ਵਾਹਿਗੁਰੂ ਵਾਹਿਗੁਰੂ, ਅਤੇ ਜਾ ਕੇ ਉਹਨੂੰ ਕਹੀਂ ਆਪਣੇ ਬਾਬੇ ਨੂੰ, ਆ ਜਿਹੜੇ ਚਬੂਤਰੇ ਜਿਹੇ 'ਚ ਤੂੰ ਬੈਠਾ ਹੈ, ਚੜਿਆ ਫਿਰਦਾ ਨਾ ਚਬੂਤਰੇ ਜਿਹੇ 'ਚ, ਵੇਖੀਆਂ ਤੁਸੀਂ ਮੂਵੀਆਂ, ਸਿਰ ਤਾਂ ਹਿਲਾਓ, ਇੱਥੇ ਤਾਂ ਨਹੀਂ ਕੋਈ ਸੀ ਆਈ ਡੀ ਵਾਲਾ ਬੈਠਾ, ਬੋਲੋ ਉਹ ਚਬੂਤਰੇ ਜਿਹੇ 'ਚ ਜਿਹੜੇ 'ਚ ਤੂੰ ਬੈਠਾ, ਅੱਜ ਤੂੰ ਉੱਠ ਮੈਂ ਬਹਿਣਾ। ਵਾਹਿਗੁਰੂ। ਨਹੀਂ ਪਤਾ ਲੱਗਾ ਜੀ? ਅੱਜ ਤੂੰ ਉੱਠ ਮੈਂ ਬਹਿਣਾ। ਅਤੇ ਕਹਿੰਦਾ ਇਹ ਕਿਤਨਾ ਹੋ ਸਕਦਾ ਜੀ, ਉਹਦੇ ਚਬੂਤਰੇ 'ਚ ਮੈਂ ਕਿਤਨਾ ਬਹਿ ਸਕਦਾ? ਮੈਂ ਕਿਹਾ ਅਸੀਂ ਬੈਠੇ, ਵਾਹਿਗੁਰੂ ਵਾਹਿਗੁਰੂ, ਖਾਲਸਾ ਬੈਠਾ ਉਹਦੇ ਥਾਂ 'ਤੇ, ਵਾਹਿਗੁਰੂ, ਆਖੋ ਵਾਹਿਗੁਰੂ ਵਾਹਿਗੁਰੂ। ਆਹ ਫਰਕ ਹੀ ਮੇਰੇ ਗੁਰੂ 'ਚ ਅਤੇ ਤੇਰੇ ਹੋਰ ਗੁਰੂ 'ਚ, ਵਾਹਿਗੁਰੂ, ਨਹੀਂ ਪਤਾ ਲੱਗਾ। ਹਾਂਜੀ, ਮੇਰੇ ਗੁਰੂ ਦੇ ਸਿੰਘਾਸਨ 'ਤੇ ਆਣ ਕੇ ਕਬੀਰ ਬੈਠਾ, ਵਾਹਿਗੁਰੂ, ਆਖਿਆ ਜੀ ਥੋੜ੍ਹੇ ਜਿਹੇ ਪਰੇ ਹੋ, ਆਖਿਰ ਕਿਸੇ ਨੇ ਮੰਜੇ 'ਤੇ ਜਾ ਕੇ ਬਹਿਣਾ, ਅਤੇ ਜਿੱਥੇ ਉਹ ਬੈਠਾ ਤੁਸੀਂ ਕਹਿੰਦੇ ਹੀ ਹੋ ਨਾ, ਥੋੜ੍ਹੇ ਜਿਹੇ ਪਰੇ ਹੋ ਜਾਓ ਜੀ, ਮੈਂ ਵੀ ਬਹਿਣਾ। ਕਬੀਰ ਨੇ ਕਿਹਾ, ਰਵਿਦਾਸ ਨੇ ਕਿਹਾ, ਨਾਮਦੇਵ ਨੇ ਕਿਹਾ, ਆ ਸਾਰੇ ਬੈਠੇ, ਭਗਤ ਧੰਨਾ ਵੀ ਬੈਠਾ, ਗਾਈਆਂ ਚਾਰਨ ਵਾਲਾ ਇੱਥੇ, ਜੁੱਤੀਆਂ ਕੱਢਣ ਵਾਲਾ ਰਵਿਦਾਸ ਤਖ਼ਤ 'ਤੇ ਬੈਠਾ ਹੈ, ਜਿਹਨੂੰ ਤੁਸੀਂ ਮੱਥਾ ਟੇਕਿਆ, ਆਖੋ ਵਾਹਿਗੁਰੂ। ਫਿਰ ਸਤਿਗੁਰੂ ਪਾਤਸ਼ਾਹ ਦੇਨ ਦੁਨੀਆਂ ਦੇ ਮਾਲਕ ਨੂੰ ਪੁੱਛਿਆ ਵੀ ਸਿੰਘਾਸਨ 'ਤੇ ਕਿਤਨਾ ਚੜ੍ਹ ਗਏ? ਕਹਿੰਦੇ ਭਾਈ, ਪਹਿਲੀ ਗੱਲ 'ਤੇ ਇੱਕ ਗੱਲ ਨੋਟ ਕਰਿਓ,
ਵੀ ਨਾ ਰਵਿਦਾਸ ਨੇ ਕਿਤੇ ਉਹ ਨਾਮ ਜਪਣਾ ਸਿੱਖਿਆ, ਸੁਣ ਰਹੇ ਹੋ, ਤੇ ਨਾ ਨਾਮਦੇਵ ਨੇ, ਨਾ ਕਬੀਰ ਨੇ, ਨਾ ਧੰਨੇ ਨੇ, ਆਖੋ ਵਾਹਿਗੁਰੂ ਵਾਹਿਗੁਰੂ ਸਿੱਖਿਆ ਨੀ ਕਿਤੇ ਉਹ ਵੀ ਇੱਥੇ ਦਮ ਚੜਾਈਦਾ, ਇੱਥੇ ਉਹ ਕਰੀਦਾ, ਇੱਥੇ ਆਹ ਕਰੀਦਾ, ਕੁਛ ਨੀ ਸਿੱਖਿਆ, ਕੇਵਲ ਜਪਿਆ, ਕੇਵਲ ਜਪਿਆ। ਕਿਤੇ ਗੁਰਬਾਣੀ ਵਿੱਚ ਕੋਈ ਜ਼ਿਕਰ ਨਹੀਂ ਆਉਂਦਾ ਵੀ ਕਬੀਰ ਨੇ ਕਿਸੇ ਕੋਲੋਂ ਨਾਮ ਜਪਣਾ ਸਿੱਖਿਆ ਹੋਵੇ। ਇੱਥੇ ਬੜੇ ਲੋਕੀ ਨੇ ਜਿਹੜੇ ਵਿਚਾਰੇ ਭਟਕਦੇ ਫਿਰਦੇ। ਆਹ ਹੁਣੇ ਮੈਨੂੰ ਫੋਨ ਆਇਆ ਸੀ, ਆਖੋ ਵਾਹਿਗੁਰੂ ਵਾਹਿਗੁਰੂ, ਗੱਡੀ ਦੇ ਵਿੱਚ ਆਉਂਦੇ ਆਉਂਦੇ ਆ, ਭਾਈ ਸਾਹਿਬ ਜੀ ਮੇਰੇ ਦਿਮਾਗ ਦੇ ਵਿੱਚ ਕੀੜੀਆਂ ਤੁਰਦੀਆਂ। ਮੈਂ ਆਖਿਆ ਤੁਰਨਗੀਆਂ, ਕਿਉਂ ਨਹੀਂ ਤੁਰਨਗੀਆਂ? ਜਦੋਂ ਰਾਹ ਗੁਰੂ ਦਾ ਛੱਡ ਕੇ ਤੁਸੀਂ ਕਿਰਾਏ ਪਾਓਗੇ ਤੇ ਜਿਹਦੇ ਕੰਡੇ ਵੱਜਣੇ ਨੇ, ਨਹੀਂ ਪਤਾ ਲੱਗਣਾ ਗੁਰੂ ਦਾ ਰਾਹ ਸੀ ਮੇਰੇ ਮਾਧੋ ਜੀ। ਇੱਥੇ ਕੋਈ ਜੁਗਤੀ ਸਿਖਾਉਣ ਵਾਲੇ ਨੀ, ਬੈਠਾ ਤਾਂ ਬੈਠਾ ਕੋਈ ਬੋਲੋ। ਇੱਥੇ ਤੁਸੀਂ ਆਏ ਹੋ, ਤੁਹਾਡੇ ਸਾਹਿਬ ਬੈਠੇ ਨੇ, ਆਹ ਚੌਂਕੀਦਾਰਾ ਕਰ ਰਿਹਾ। ਕੋਈ ਇੱਥੇ ਜੁਗਤੀ ਸਿਖਾਉਣ ਵਾਲਾ ਬੈਠਾ ਹੈ ਵੀ ਇਤਨਾ ਨਹੀਂ ਤੇ ਇੱਥੇ ਚੜਾ ਲਓ, ਇੱਥੇ ਚੜਾ ਲਓ, ਕੋਈ ਕਰ ਰਿਹਾ? ਇੱਕ ਨਜ਼ਰ ਕਰ ਦੇਖੇ ਸਭ ਉੱਪਰ, ਇੱਕ ਨਜ਼ਰ ਕਰ, ਸਾਰੇ ਉੱਚੀ ਬੋਲੋਗੇ ਹੋਰ ਬਲ ਮਿਲੂ। ਇੱਕ ਨਜ਼ਰ ਕਰ, ਆ ਜਿੰਨੇ ਖੁੱਲਿਆ ਦਾੜਿਆਂ ਵਾਲੇ ਅੰਮ੍ਰਿਤਧਾਰੀ, ਬਿਨਾਂ ਅੰਮ੍ਰਿਤਧਾਰੀ, ਜਿੰਨੇ ਕੇਸਕੀ ਵਧੀ ਉਹ, ਜਿੰਨੇ ਨਹੀਂ ਵਧੀ ਉਹ, ਇਹ ਨਾ ਸੋਚੋ ਵੀ ਕੇਸਕੀ ਵਾਲੀ ਵੱਲ ਜ਼ਿਆਦਾ ਵੇਂਦਾ ਤੇ ਮੇਰੇ ਵੱਲ ਘੱਟ ਵੇਂਦਾ। ਇੱਕ ਨਜ਼ਰ ਕਰ ਦੇਖੇ ਸਭ ਉੱਪਰ, ਫਿਰ ਫਰਕ ਕਿੱਥੋਂ ਰਹਿ ਗਿਆ ਜੀ? ਸੁਣੋਗੇ ਜੀ, ਫਰਕ ਕਿੱਥੋਂ ਰਹਿ ਗਿਆ? ਕਹਿੰਦੇ ਜਿਹਾ ਭਾਓ ਤਿਹਾ ਫਲ ਪਾਈਏ। ਤੇਰਾ ਭਾਂਡਾ ਕਿਸ ਤਰ੍ਹਾਂ ਦਾ ਹੈ? ਤੇਰੇ ਭਾਂਡੇ 'ਚ ਉਹਦੇ ਪ੍ਰਤੀ ਕਿੰਨਾ ਪ੍ਰੇਮ ਹੈ, ਨਹੀਂ ਪਤਾ ਲੱਗਾ ਜੀ? ਨਹੀਂ ਪਤਾ ਲੱਗਾ ਤੇਰੇ ਭਾਂਡੇ 'ਚ ਉਹਦੇ ਪ੍ਰਤੀ ਕਿੰਨਾ ਪ੍ਰੇਮ ਹੈ, ਉਹਨੂੰ ਫਲ ਲੱਗਣਾ ਹੀ। ਆਖੋ ਵਾਹਿਗੁਰੂ। ਜਦੋਂ ਪੁੱਛੇ ਵੀ ਇਹਨਾਂ ਨੇ ਕੁਝ ਕੀਤਾ, ਕਹਿੰਦੇ ਜੁਗਤੀ ਨਹੀਂ ਸਿੱਖੀ, ਕੁਝ ਨਹੀਂ ਕੀਤਾ, ਸਗੋਂ ਇਸ ਤਰ੍ਹਾਂ ਵੀ ਆਖਿਆ, ਜਾਤ ਜੁਲਾਹਾ ਮਤ ਕਾ ਧੀਰ ਲਕਸ ਤੱਕ ਰੁੱਸ ਕੇ ਤੁਰ ਬੈਠੋ। ਜਾਤ ਜੁਲਾਹਾ ਜੁਲਾਇਆ, ਕਬੀਰ ਮੇਰੀ ਜਾਤ ਕੋ ਸਭ ਕੋ ਹੱਸਣੇ ਆ। ਆਪਾਂ ਜਿਹਨੂੰ ਮਜ਼ਾਕ ਕਰਨਾ ਹੁੰਦਾ ਕਹਿੰਦੇ ਜਾਤ ਜਲਾਇਆ ਜੇ ਕਰਦੇ ਸੀ ਲੋਕ, ਵੈਸੇ ਵੀ ਜਾਤ ਪਾਤ ਦਾ ਕੋਈ ਚੱਕਰ ਨਾ ਸਮਝ ਲੈਣਾ ਵੀ ਮੈਂ ਕਿਸੇ ਜੁਲਾਈ ਨੂੰ ਮਾੜਾ ਕਹਿ ਰਿਹਾ। ਆਖੋ ਵਾਹਿਗੁਰੂ। ਜਾਤ ਜੁਲਾਹਾ ਮਤ ਕਾ ਧੀਰ, ਧੀਰ ਮੈਨੇ ਧੀਰ ਜਵਾਨ, ਧਿਆਨ ਦਿਓ ਜੀ। ਜਾਤ ਜੁਲਾਹਾ ਮਤ ਕਾ ਧੀਰ, ਧੀਰ ਮੈਨੇ ਜੁਲਾਹ ਧੀਰ ਜਵਾਨ। ਜਾਤ ਦਾ ਮੈਂ ਜਲਾਇਆ ਵਾ ਤੇ ਮਤ ਦਾ ਬੜਾ ਕਾਲਾ ਨੀ ਪੈਂਦਾ ਨਿੱਕੀ ਨਿੱਕੀ ਗੱਲ ਤੋਂ। ਆਖੋ ਵਾਹਿਗੁਰੂ। ਆਖਿਆ ਜੀ ਫਿਰ ਤੁਸੀਂ ਰੱਬ ਦਾ ਨਾਮ ਕਿਤਰਾ ਜਪਿਆ? ਕਹਿੰਦੇ ਸਹਿਜ ਸਹਿਜ ਗੁਣ ਰਮੇ ਕਬੀਰ, ਨਹੀਂ ਪਤਾ ਲੱਗਾ ਜੀ? ਉੱਚੀ ਬੋਲੋ, ਵਾਹਿਗੁਰੂ 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 ਮਹਾਰਾਜ ਤੁਹਾਡੇ ਤੱਕ ਆਉਣ ਲਈ ਕਬੀਰ ਜੀ ਨੇ ਕੀ ਕੀਤਾ? ਕਹਿੰਦੇ ਹਰ ਸਿਮਰਨ ਕਰ ਭਗਤ ਪ੍ਰਗਟਾਏ। ਆਮ ਇਨਸਾਨ ਵਿੱਚੋਂ ਇੱਕ ਭਗਤ ਪ੍ਰਗਟ ਹੋ ਗਿਆ। ਆਠ ਪਹਿਰ ਜਨ ਹਰ ਹਰ ਜਪੈ, ਅੱਗੇ ਪੜੋ, ਖਜ਼ਾਨੇ ਦੇ ਮਾਲਕੋ ਉੱਚੀ ਬੋਲੋ, ਆਠ ਪੈਰ, ਅੱਠੇ ਪੈਰ ਸੇਵਕ ਜਦੋਂ ਹਰੀ ਹਰੀ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪੈਂਦਾ ਹੈ, ਹਰ ਕਾ ਭਗਤ ਪ੍ਰਗਟ ਨਹੀਂ ਛਪੇ।
ਹਰ ਕਾ ਭਗਤ ਪ੍ਰਗਟ ਹੈ ਨਹੀਂ ਛਪੈ। ਅੱਠੇ ਪੈਰ ਜਪਣ ਲੱਗ ਪਿਆ ਕਬੀਰ ਪ੍ਰਗਟ ਹੋ ਗਿਆ। ਆਖੋ ਵਾਹਿਗੁਰੂ ਵਾਹਿਗੁਰੂ, ਗੱਜ ਕੇ ਬੋਲੋ ਨਾ ਵਾਹਿਗੁਰੂ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲੱਗ ਵੇਦ ਅਪਾਏ, ਹਰ ਸਿਮਰਨ ਪੈ ਸਿੱਧ ਯਤੀ ਦਾਤੇ। ਕਿਤਨਾ ਬਣੇ ਸਿਮਰਨ ਕਰਕੇ, ਹਰ ਸਿਮਰਨ ਨੀਚ ਕਿਉਂ ਕੁੰਟ ਜਾਤੇ, ਨੀਚ ਤੋਂ ਨੀਚ ਜਿਹਨੂੰ ਲੋਕ ਕਹਿੰਦੇ ਸੀ ਨਾਲੇ ਦੇ ਕੰਢੇ ਉੱਗਿਆ ਰਿੰਡ ਦਾ ਬੂਟਾ ਹੈ ਅਰਦਾਸ, ਸਾਰੀ ਦੁਨੀਆਂ ਨੇ ਉਹਦੀ ਖੁਸ਼ਬੂ ਮਾਣੀ। ਆਖੋ ਵਾਹਿਗੁਰੂ ਵਾਹਿਗੁਰੂ। ਮੇਰੇ ਸਤਿਗੁਰੂ ਅੱਜ ਤੈਨੂੰ ਪੁੱਛਦੇ ਸੀ, ਤੂੰ ਰੋਜ਼ ਆਣ ਕੇ ਭੁੱਲ ਗਏ, ਕਿਸੇ ਨੂੰ ਨਹੀਂ ਚਿੱਤਾ, ਤੂੰ ਸਭ ਰੋਜ਼ ਆਣ ਕੇ ਇਹ ਕਿਉਂ ਕਹਿੰਦਾ ਆਪਣਾ ਨਾਮ ਜਪਾਓ? ਅਤੇ ਜਵਾਬ ਆਇਆ ਸੀ ਮੈਨੂੰ ਨਾਮ ਦੀ ਕੀਮਤ ਦਾ ਪਤਾ ਲੱਗ ਗਿਆ ਸਾਹਿਬਾ, ਨਾਮ ਤੁਲ ਕਿਸ਼ ਅਵਰ ਨਾ ਹੋਏ। ਸਾਹਿਬ ਜੀ ਨਾਮ ਦੇ ਬਰਾਬਰ ਹੋਰ ਕੁਝ ਹੈ ਨਹੀਂ, ਤੁਹਾਡੇ ਹੀ ਭਜਨ ਨੇ, ਇਸ ਕਰਕੇ ਮੈਂ ਤੇਰੇ ਕੋਲੋਂ ਰੋਜ਼ ਆਣ ਕੇ ਨਾਮ ਮੰਗਦਾ। ਇੱਕ ਦੂਜੀ ਵੋ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼। ਸਾਨੂੰ ਪਤਾ ਲੱਗ ਗਿਆ ਜੀ ਇਹ ਤਾਂ ਰਹੇ ਪੱਤ ਪਵੜੀਆਂ ਚੜੀਏ ਹੋਏ, ਅਕੀਸ ਬਣੇ ਇੱਕੋ ਜੀ ਆ। ਹੁਣ ਤਾਂ ਮੰਗਦੇ ਜੇ ਤੇਰੇ ਕੋਲੋਂ ਨਾਮ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਮੈਂ ਤਾਂ ਤੇਰੇ ਕੋਲੋਂ ਰੋਜ਼ ਆਣ ਕੇ ਝੋਲੀ 'ਚ ਅੱਡ ਕੇ ਕਹਿੰਦਾ ਆਪਣਾ ਨਾਮ ਜਪਾਵੋ, ਆਪਣਾ ਨਾਮ ਜਪਾਵੋ, ਆਪਣਾ ਨਾਮ ਜਪਾਵੋ, ਆਪਣਾ ਨਾਮ ਜਪਾਵੋ, ਦਿਓ ਆਪਣਾ ਨਾਮ, ਦਿਓ ਆਪਣਾ ਨਾਮ, ਦਿਓ ਆਪਣਾ ਨਾਮ, ਦਿਓ ਆਪਣਾ ਨਾਮ। ਗੁਰੂ ਕੋਲੋਂ ਮੈਂ ਆਣ ਕੇ ਰੋਜ਼ ਤਾਂ ਮੰਗਦਾ ਜੈ ਮਾਤ ਪਿਤਾ, ਲੱਕ ਸਿੱਧਾ ਰੱਖਣਾ ਹੈ, ਜੈ ਮਾਤ ਪਿਤਾ ਸੁੱਤ ਮੀਤ ਨਾ, ਜਿੱਥੇ ਮੇਰੀ ਮਾਂ ਨੇ ਪਿਓ ਨੇ ਪੁੱਤਰ ਨੇ ਮਿੱਤਰਾਂ ਨੇ ਮੈਨੂੰ ਛੱਡ ਕੇ ਪਰੇ ਚਲੇ ਜਾਣਾ। ਮਨ ਪੜੋ ਨਹੀਂ, ਤੁਸੀਂ ਜਿਸ ਤਰ੍ਹਾਂ ਬੋਲਦੇ ਤੇਰਾ ਅਰਥ ਨਹੀਂ ਬਣਾ। ਮਨ ਨੂੰ ਇਕੱਲਾ ਫਲਾ ਕੇ ਮਨ ਨਾਲ ਗੱਲ ਕਰੋ ਮੇਰੇ ਮਨਾ, ਜਿੱਥੇ ਮਾਂ ਪਿਓ ਪੁੱਤ ਭਰਾ ਸੱਜਣਾ ਮਿੱਤਰਾਂ ਨੇ ਛੱਡ ਦੇ, ਮਨ ਉਹਾਂ ਨਾਮ ਤੇਰੇ, ਮਨ ਉਹਾਂ ਨਾਮ ਤੇਰੇ ਮੇਰੇ ਮਨਾ, ਉੱਥੇ ਤੇਰੀ ਨਾਮ ਨੇ ਮਦਦ ਕਰਨੀ ਆ। ਨਾਮ ਜਪੋ ਮਨ ਮੇਰੇ ਗੁਰਮੁਖ, ਨਾਮ ਜਪੋ ਮਨ ਮੇਰੇ, ਨਾਮ ਜਪੋ ਮਨ ਮੇਰੇ, ਵਾਜਾ ਮਾਰੋ ਨਾਮ ਜਪੋ ਮਨ ਮੇਰੇ, ਨਾਮ ਜਪੋ ਮਨ ਮੇਰੇ ਗੁਰਮੁਖ, ਨਾਮ ਜਪੋ ਮਨ ਮੇਰੇ, ਨਾਮ ਜਪੋ ਮਨ ਮੇਰੇ ਗੁਰਮੁਖ, ਨਾਮ ਜਪੋ ਮਨ ਮੇਰੇ। ਨਾਨਕ ਪਾਵੋ ਸੁਖ ਕਨੇਰੇ, ਨਾਨਕ ਪਾਵੋ ਸੁਖ ਕਨੇਰੇ, ਨਾਨਕ ਪਾਵੋ ਸੁਖ ਕਨੇਰੇ, ਨਾਨਕ ਪਾਵੋ ਸੁਖ ਕਨੇਰੇ। ਹਰੀ ਕੁਦਰਤ ਨੇ ਸਵਾਸਾਂ ਨੇ ਸਮਾਂ ਬਖਸ਼ਿਆ ਅਤੇ ਸੁਖਮਨੀ ਸਾਹਿਬ ਦੀ ਕਥਾ ਕਰੂੰਗਾ ਇੱਥੇ ਅਗਲੀ ਵਾਰ, ਜੇ ਮੇਰੇ ਰਾਪ ਮੇਰੇ ਪਾਤਸ਼ਾਹ ਨੇ ਮੇਰੇ ਸਵਾਸ ਬਖਸ਼ੇ। ਅਤੇ ਵੇਖੋ ਅੱਗੇ ਕਿੱਡੇ ਸੋਹਣੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਆ, ਮੈਂ ਤਾਂ ਨਾਮ ਮੰਗਦਾ। ਵਾਹਿਗੁਰੂ, ਪਤਾ ਲੱਗਾ ਜੀ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲੱਖ ਕਰੋੜੀ ਬੰਧਨ ਪਰੇ, ਹਰ ਕੋ ਨਾਮ ਜਪਤ ਨਿਸਤਰੇ, ਅਨਕ ਮਾਇਆ ਰੰਗ ਦਿਖ ਨਾ ਬੁਝਾਵੇ, ਹਰ ਕਾ ਨਾਮ ਜਪਤ ਅਗਾਵੇ, ਜੈ ਮਾਰਗੇ ਜਾਤ ਅਕੇਲਾ, ਤੈ ਹਰ ਨਾਮ ਸੰਗ ਐਸਾ ਨਾਮ ਮਨ। ਇਤਨਾ ਕਿਤੇ ਪੜ੍ਹ ਪੜ੍ਹ ਕੇ ਗੱਲਾਂ ਕਰ ਕਰਕੇ ਸੁਖਮਨੀ ਸਾਹਿਬ ਪੜ੍ਹਿਆ ਕਰੋ ਹਾਂ, ਜਦੋਂ ਸੁਖਮਨੀ ਸਾਹਿਬ ਪੜ੍ਹਨ ਬੈਠੋਗੇ ਉਦੋਂ ਝੋਲੀ ਖਾਲੀ ਹੋਊਗੀ, ਜਦੋਂ ਉੱਠੋਗੇ ਨੱਕੋ ਨੱਕ ਭਰੀ ਹੋਊਗੀ। ਵਾਹਿਗੁਰੂ, ਗੱਲਾਂ ਕਰੋ ਗੁਰਬਾਣੀ ਨਾਲ, ਗੱਲਾਂ ਪਿਤਾ ਜੀ ਨਾਲ ਗੱਲਾਂ ਕਰੋ, ਰਟਨਾ ਪੂਰੀ ਕਰੋ। ਇੰਨੀ ਵਾਰ ਕੀਤਾ ਹੈ ਇੱਕ ਪਤਾ ਪੜ੍ਹੋ, ਮਗਰ ਇੱਕ ਪਦੇ ਦੇ ਵਿੱਚ ਐਸੀਆਂ ਗੱਲਾਂ, ਜੈ ਪ੍ਰਸ਼ਾਦ। ਆਖੋ ਵਾਹਿਗੁਰੂ ਵਾਹਿਗੁਰੂ, ਧਰ ਉੱਪਰ ਸੁੱਖ ਵਸੇ, ਜੈ ਪ੍ਰਸਾਦ। ਇਤਨਾ ਬੈਠੋ ਥੋੜ੍ਹਾ ਸੁਖੇ, ਧਰਮ ਨੇ ਇਸ ਧਰਤੀ 'ਤੇ ਤੂੰ ਸੁੱਖਾਂ ਨਾਲ ਵਸਣ ਡਿਆ ਹੈ ਨਾ, ਇਹ ਕਿਹਦੀ ਕਿਰਪਾ ਹੈ?
ਮਨ ਨਾ ਫਿਰ ਜੈ ਪ੍ਰਸਾਦ ਧਰ ਧਰਤੀ ਧਰ ਉੱਪਰ ਸੁੱਖ ਵਸੇ ਤੇ ਸੁੱਤ ਪ੍ਰਾਤ ਮੀਤ ਬੰਤਾ ਸੰਗ ਹੱਸੇ ਹੱਸੇ ਹਊਆ ਨਾ ਜਾਣੋ ਬਾਣੀ ਨੂੰ ਗੱਲਾਂ ਕਰੋ ਇਸ ਤਰ੍ਹਾਂ ਹੋਈਆਂ ਨੇ ਗੱਲਾਂ ਆਖੋ ਵਾਹਿਗੁਰੂ ਇਹ ਤੰਤਰ ਮੰਤਰ ਜੰਤਰ ਨਹੀਂ ਗੀ ਕੁੱਕ ਬਾਣੀ ਇਹ ਤੁਹਾਡੇ ਨਾਲ ਮੇਰੇ ਸਾਹਿਬ ਨੇ ਪਿਓ ਨੇ ਪੁੱਤ ਨਾਲ ਗੱਲਾਂ ਕੀਤੀਆਂ ਬਾਣੀ ਪ੍ਰਭ ਕੋ ਸਭ ਕੋ ਬੋਲੇ ਉਹ ਤੁਹਾਡੇ ਨਾਲ ਗੱਲਾਂ ਕਰ ਰਿਹਾ ਮੇਰਾ ਸਾਹਿਬ ਮੇਰੇ ਪੁੱਤਰਾ ਸੁਣ ਜਿਹਦੀ ਕਿਰਪਾ ਨਾਲ ਧਰਤੀ ਤੇ ਸੁੱਖ ਨਾਲ ਰਹਿ ਰਿਹਾ ਹੈ ਤੇ ਸੁੱਤ ਭਰਾਤ ਤੇ ਮੀਤ ਬੰਤਾ ਸੰਗ ਹੱਸੇ ਜੈ ਪ੍ਰਸਾਦ ਪੀਵੇ ਸ਼ੀਤਲ ਜਲਾ ਸੁਖਦਾਈ ਪਵਨ ਪਾਵਕ ਸਾਫ਼ ਸੁਥਰਾ ਪਾਣੀ ਪੀਣ ਡਿਆ ਕਿਤੇ ਬਿਹਾਰ ਚ ਜੰਮ ਦੋ ਤੈਨੂੰ ਪਤਾ ਲੱਗਦਾ ਪਾਣੀ ਕਿਹਨੂੰ ਕਹਿੰਦੇ ਨਾਲਿਆਂ ਦਾ ਪਾਣੀ ਪੀਂਦੇ ਲੋਕੀ ਉੱਥੇ ਆਖੋ ਵਾਹਿਗੁਰੂ ਇਸ ਧਰਤੀ ਤੇ ਲਿਆ ਕੇ ਤੈਨੂੰ ਜਹਾਜ਼ ਤੇ ਚੜਾ ਕੇ ਵਾ ਦਿੱਤਾ ਨਾ ਜਿੱਥੇ ਤੇਰੀ ਫਰਿੱਜ ਪਨੀਰ ਨਾ ਫਰੂਟ ਨਾ ਭਰੀ ਉਹਨਾਂ ਨੂੰ ਜਾ ਕੇ ਪੁੱਛ ਕੇ ਵੇਖ ਮੈਂ ਜਾ ਕੇ ਸਮਸਤੀਪੁਰ ਕਥਾ ਕਰਕੇ ਆਇਆ ਉੱਧਰ ਲੋਕਾਂ ਕੋਲ ਰੋਟੀ ਨੀ ਚੂਹੇ ਖਾ ਕੇ ਗੁਜ਼ਾਰਾ ਕਰਦੇ ਚੂਹੇ ਉਹ ਬੰਦੇ ਆ ਉਸ ਵਾਹਿਗੁਰੂ ਦੇ ਨਾਮ ਦੀ ਕੀਮਤ ਜਾਣ ਉਹਨੇ ਨਾਮ ਜਪਣ ਦਾ ਸਦਕਾ ਕਿਤੇ ਤੇਰੇ ਵੱਡੇ ਵਡੇਰਿਆਂ ਨੇ ਜਪਿਆ ਤੇ ਉਹਨਾਂ ਦਾ ਪੁੰਨ ਫਲ ਫਲਦਿਆਂ ਫਲਦਿਆਂ ਤੂੰ ਕਿੱਥੇ ਬੈਠਾ ਤੇਰੀਆਂ ਫਰਿੱਜਾਂ ਫਰੂਟਾਂ ਨਾ ਭਰੀਆਂ ਵਾਹਿਗੁਰੂ ਤੇਰੇ ਕੋਲ ਪਾਣੀ ਕਿੰਨਾ ਸੁੰਦਰ ਆਖੋ ਵਾਹਿਗੁਰੂ ਸੁਖਦਾਈ ਪਵਨ ਜੈ ਪ੍ਰਸਾਦ ਭੋਗੇ ਸਭ ਸਾਰੇ ਰਸ ਭੋਗਣ ਡਿਆ ਸਗਲ ਸਮੱਗਰੀ ਸੰਗ ਸਾਥ ਬੱਸਾ ਜੇ ਤੈਨੂੰ ਕਾਰ ਦੀ ਜ਼ਰੂਰਤ ਤੇਰੇ ਬੂਹੇ ਅੱਗੇ ਕਾਰ ਸਗਲ ਸਮੱਗਰੀ ਮਤਲਬ ਸਾਰਾ ਸਮਾਨ ਸੋਫੇ ਦੀ ਜਗ੍ਹਾ ਤੇ ਸੋਫਾ ਪਿਆ ਫਰਿੱਜ ਦੀ ਜਗ੍ਹਾ ਤੇ ਫਰਿੱਜ ਪਈ ਸਗਲ ਸਮੱਗਰੀ ਸੰਗ ਸਾਥ ਤੇ ਅੱਗੇ ਜਾ ਕੇ ਤੇ ਕਮਾਲ ਕਰ ਦਿੱਤੀ ਬੰਦਿਆ ਵੇਖ ਉਹਦਾ ਸਿਮਰਨ ਕਰ ਜਿਹਨੇ ਦੀਨੇ ਹਸਤ ਪਾਮ ਕਰਨ ਨੇਤਰ ਰਸਨਾ ਇੱਕ ਨੇ ਦਿੱਤਾ ਤੈਨੂੰ ਤੇ ਫਿਰ ਉਹਦਾ ਸਿਮਰਨ ਕਰ ਵਾਹਿਗੁਰੂ 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 ਇੱਕ ਮਿੰਟ ਮੈਨੂੰ ਹੋਰ ਦਿਓ ਵੀ ਦੀਨੇ ਹਸਤ ਪਾਮ ਕਰਨ ਨੇਤਰ ਰਸਨਾ ਕਦੀ ਹੱਥਾਂ ਦੀ ਕੀਮਤ ਉਹਨਾਂ ਨੂੰ ਪੁੱਛ ਜਿਨ੍ਹਾਂ ਦੇ ਹੱਥ ਹੈ ਨਹੀਂ ਉਂਗਲਾਂ ਉਹਤੇ ਉਹਨਾਂ ਨੂੰ ਪੁੱਛੋ ਜਿਨ੍ਹਾਂ ਦੇ ਹੱਥ ਹੈ ਨਹੀਂ ਤੇ ਲੱਕ 'ਚ ਖੁਰਕ ਹੋਵੇ ਤੇ ਕੀ ਕਰਦੇ ਵਾਹਿਗੁਰੂ ਆਪਣੀ ਕਿਰਿਆ ਸੋਧਣੀ ਹੋਵੇ ਤੇ ਕੀ ਕਰਦੇ ਵਾਹਿਗੁਰੂ ਟੁੰਡੇ ਨੇ ਇੱਥੋਂ ਉਹਨਾਂ ਨੂੰ ਪੁੱਛੋ ਹੱਥਾਂ ਦੀ ਕੀਮਤ ਕੀ ਹੁੰਦੀ ਹੈ ਪਾਮ ਪੈਰ ਪੈਰਾਂ ਦੀ ਕੀਮਤ ਉਹਨਾਂ ਨੂੰ ਪੁੱਛ ਜਿਨ੍ਹਾਂ ਦੇ ਪੈਰ ਹੈ ਨਹੀਂ ਉਹ ਪੌੜੀਆਂ ਚੜ੍ਹਨੀਆਂ ਨੇ ਕਿਸੇ ਅੱਗੇ ਤਰਲਾ ਪਾਉਂਦੇ ਮੈਨੂੰ ਪੌੜੀਆਂ ਚੜ੍ਹਾ ਦੇ ਮੈਂ ਗੁਰੂ ਦੇ ਦਰਸ਼ਨ ਕਰ ਲਾਂ ਤੂੰ ਭੱਜ ਭੱਜ ਕੇ ਚੜ੍ਹਦਾ ਹੈ ਇਹ ਤੈਨੂੰ ਰੱਬ ਨੇ ਪੈਰ ਬਖਸ਼ੇ ਨੇ ਕਦੀ ਪੈਰਾਂ ਦੀ ਕੀਮਤ ਦੇਣ ਵਾਲੇ ਨੂੰ ਯਾਦ ਕੀਤਾ ਹੀ ਜਿਹਨੇ ਤੈਨੂੰ ਪੈਰ ਦਿੱਤੇ ਉਹਨੂੰ ਯਾਦ ਕੀਤਾ ਹੀ ਵਾਹਿਗੁਰੂ ਕਰਨ 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 ਮਣੇ ਕੰਨ ਦਿੱਤੇ ਨੇ ਤੈਨੂੰ ਜੋ ਮੈਂ ਕਹਿ ਰਿਹਾ ਤੇਰੇ ਕੰਨ ਹੈਗੇ ਤੇ ਸੁਣ ਰਿਹਾ ਤਾਂ ਹੀ ਅਸਰ ਪੈ ਰਿਹਾ ਤੇ ਅੱਗੋਂ ਹਿੱਲਦਾ ਹੈ ਜੁਲਦਾ ਹੈ ਮਹਿਸੂਸ ਕਰਦਾ ਹੈ ਸੁਣਨ ਦੀ ਸ਼ਕਤੀ ਤੈਨੂੰ ਦਿੱਤੀ ਕਿੰਨੇ ਦਿੱਤੀ ਕਿੰਨਾ ਕੁ ਯਾਦ ਕਰਦਾ ਕਿੰਨਾ ਕੁ ਯਾਦ ਕਰਨਾ ਆ ਸੋਹਣੇ ਬਚਨ ਅੱਗੇ ਆਉਣਗੇ ਦੀਨੇ ਹਸਤ ਪਾਮ ਕਰਨ ਨੇਤਰ ਜਿਨ੍ਹਾਂ ਦੀਆਂ ਅੱਖਾਂ ਹੈਗੀਆਂ ਉਹਨਾਂ ਨੂੰ ਕੁਛ ਆ ਗਏ ਨੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਕਿਸੇ ਦੀ ਬਾਂਹ ਫੜ ਕੇ ਗੁਰਦੁਆਰੇ ਪਹੁੰਚ ਗਏ ਨੇ ਮਗਰ ਉਹਨਾਂ ਨੂੰ ਪੁੱਛੋ ਬਾਹਰ ਜਾ ਕੇ ਭਾਜੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋਏ ਕੀ ਕਹੂ ਬੋਲੋ ਆਖੂਗਾ ਮੈਂ ਆ ਤੇ ਗਿਆ ਹਾਜ਼ਰੀ ਭਰ ਆਇਆ ਮਗਰ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਤੇ ਚੌਰ ਹੁੰਦਾ ਵੇਖਿਆ ਨਹੀਂ ਅੱਖਾਂ ਹੀ ਨਹੀਂ ਤੈਨੂੰ ਰੱਬ ਨੇ ਦਿੱਤੀਆਂ ਵੇਖ ਰਿਹਾ ਤੁਹਾਡੇ ਡਿੱਠੇ ਮਨ ਜਨਮ ਜਨਮ ਦੀ ਅੱਖਾਂ ਤੈਨੂੰ ਰੱਬ ਨੇ ਬਖਸ਼ੀਆਂ ਨੇ ਅੱਖਾਂ ਦਾ ਮੁੱਲ ਤਾਰੇ ਕਦੀ
ਮੇਰੇ ਸਾਹਿਬ ਨੇ ਇੱਕ ਬਚਨ ਇਸ ਤਰ੍ਹਾਂ ਦਾ ਵੀ ਲਿਖਿਆ, ਕਹਿੰਦੇ ਗੁਰੂ ਦੇ ਦਰਸ਼ਨ ਤੇ ਬੜੀ ਵੱਡੀ ਗੱਲ ਹੈ ਨਾ। ਆ ਜਿਹੜੀ ਸੰਗਤ ਜੁੜੀ ਹੈ ਨਾ, ਸੰਗਤ ਆ ਸੁਣਿਓ ਬਾਣੀ ਦਾ ਬਚਨ ਕਰਨ ਲੱਗਾ, ਆ ਜਿਹੜੀ ਸੰਗਤ ਜੁੜੀ ਆ, ਜੇ ਬੰਦਾ ਇਹ ਸੰਗਤ ਸਾਰੀ ਨੂੰ ਭਾਵ ਨਾਲ ਵੇਖ ਜਾਏ ਨਾ, ਇਸ ਤਰ੍ਹਾਂ ਹੱਥ ਜੁੜ ਕੇ ਵੀ ਸੰਗਤ ਰੱਬ ਦੀ ਬੈਠੀ, ਗੁਨਾਹ ਉਸਕੇ ਸਗਲ ਆਫੂ, ਬਾਣੀ ਜੇ ਗੁਨਾਹ ਉਸਕੇ ਸਗਲ ਆਫੂ, ਆਫੂ ਅਫੂਅਲ ਉਹ ਸ਼ਬਦ ਜੇ ਆਫੂ ਮੈਂ ਬਖਸ਼ੇ ਗਏ, ਕਹਿੰਦੇ ਉਸ ਬੰਦੇ ਦੇ ਸਾਰੇ ਹੀ ਜਨਮਾਂ ਦੇ ਗੁਨਾਹ ਬਖਸ਼ੇ ਗਏ, ਤੇਰੇ ਜਨ ਦੇਖੇ ਦੀਦਾਰ, ਤੇਰੀ ਸੰਗਤ ਜੁੜੀ ਦੇ ਦਰਸ਼ਨ ਜਿਹਨੇ ਕਰ ਲਏ ਨਾ, ਸਾਰੇ ਜਨਮਾਂ ਦੇ ਪਾਪ ਨਾਸ ਹੋ ਗਏ। ਤੇ ਉਹ ਦਰਸ਼ਨ ਕਦੋਂ ਕਰੂ? ਜਦੋਂ ਅੱਖਾਂ ਹੋਣਗੀਆਂ, ਫਿਰ ਅੱਖਾਂ ਦੇਣ ਵਾਲੇ ਨੂੰ ਯਾਦ ਕੀਤਾ ਜੀ, ਅੱਖ ਵਾਹਿਗੁਰੂ, ਵਾਹਿਗੁਰੂ, ਫਿਰ ਰਸਨਾ 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 ਰਸਨਾ, ਜਿਹੜੇ ਬੰਦੇ ਗੂੰਗੇ ਨੇ ਨਾ, ਗੂੰਗਾ ਕਹਾਂ ਬਿਸਨ ਪਦ ਗਾਵੇ ਗੁੰਗ, ਯਤਨ ਕਰੇ ਤੋ ਵੀ ਸੁਰ ਭੰਗ, ਜਿਹਦੇ ਕੋਲ ਰਸਨਾ ਨਹੀਂ ਉਹ ਵਾਹਿਗੁਰੂ ਕਹਿ ਲੂ, ਸੁਰ ਬਣ ਜੂਗੀ ਉਹਦੀ, ਉਹ ਬੰਦਿਆ ਕਿੰਨਾ ਕੁਝ ਤੈਨੂੰ ਰੱਬ ਨੇ ਬਖਸ਼ਿਆ, ਕਈ ਜਨਮ ਵੀ ਲੱਗਾ ਰਹੇ ਹਾਂ ਤੇ ਤੂੰ ਉਹਦੀਆਂ ਅੱਖਾਂ ਦਾ ਮੁੱਲ ਨਹੀਂ ਮੋੜ ਸਕਦਾ, ਤੈਨੂੰ ਮੁਫ਼ਤ ਦਿੱਤੀਆਂ, ਅੱਖੋ ਵਾਹਿਗੁਰੂ, ਵਾਹਿਗੁਰੂ, ਥੋੜ੍ਹੀ ਜਿਹੀ ਰੋਸ਼ਨੀ ਘਟੇ ਤੇ ਡਾਕਟਰ ਕੋਲ ਕੀ ਜਾਣਾ ਹੈ, ਧਿਆਨ ਦਿਓ ਡਾਕਟਰ ਕੋਲ ਜਾ ਕੇ ਕੀ ਕਹਿਣਾ, ਮੈਨੂੰ ਐਨਕ ਬਣਾ ਦੇ, ਉਹਨੇ ਐਨਕ ਬਣਾਤੀ, ਨਾਲੇ $70 ਦਿੱਤੇ, $200 ਦਿੱਤਾ ਤੇ ਨਾਲੇ ਕਿਹਾ ਥੈਂਕ ਯੂ ਕਿਹਾ, ਬੋਲੋ ਨਾ, ਨਾਲੇ ਜੇਬ ਚ ਪੈਸੇ ਦਿੱਤੇ ਤੇ ਨਾਲੇ ਡਾਕਟਰ ਨੂੰ ਕੀ ਕਿਹਾ, ਥੈਂਕ ਯੂ ਡਾਕਟਰ ਸਾਹਿਬ, ਤੁਹਾਡਾ ਜਦੋਂ ਦੀ ਮੈਂ ਐਨਕ ਲਾਈ ਮੈਨੂੰ ਪੂਰਾ ਦਿਸਣ ਲੱਗ ਪਿਆ, ਤੇ ਜਿਹਨੇ 70 ਸਾਲ ਤੱਕ ਕੋਈ ਪੈਸਾ ਨਹੀਂ ਲਿਆ ਦਿਖਾਉਣ ਦਾ, ਵਾਹਿਗੁਰੂ, ਉਹਦਾ ਥੈਂਕ ਯੂ ਕੀਤਾ ਕਦੀ, ਵਾਹਿਗੁਰੂ, ਕਦੀ ਉਹਦੇ ਸ਼ੁਕਰ ਵਿੱਚ ਡੁੱਬਿਆ, ਵਾਹਿਗੁਰੂ। ਆਓ ਅੱਜ ਦੇ ਸ਼ਬਦ ਦੀ ਵਿਚਾਰ ਕਰੀਏ, ਗੁਰੂ ਕੇ ਸਿੱਖੋ ਬਾਣੀ ਨੂੰ ਪਿਆਰ ਕਰੋ, ਸੱਚੀ ਮੁੱਚੀ ਜਿਹਦੇ ਨਾਲ ਪਿਆਰ ਕਰੀਏ ਨਾ, ਉਹਦੇ ਭੇਤੀ ਹੋ ਜਾਈਦਾ ਹੈ, 24 ਘੰਟੇ ਜਿਹਦੇ ਨਾਲ ਰਹੀਏ ਨਾ, ਉਹਦਾ ਸੁਭਾਅ, ਉਹਦੀ ਬਹਿਣੀ, ਉਹਦੀ ਉੱਠਣੀ, ਉਹਦੀ ਬੋਲਣੀ ਦੀ ਸਮਝ ਪੈਣ ਲੱਗ ਪੈਂਦੀ, ਅੱਖੋ ਵਾਹਿਗੁਰੂ, ਵਾਹਿਗੁਰੂ ਬੋਲੋ, ਵਾਹਿਗੁਰੂ। ਜਦੋਂ ਤੁਸੀਂ ਪਿਆਰ ਕਰੋਗੇ ਨਾ ਧੰਨ ਗੁਰੂ ਗ੍ਰੰਥ ਸਾਹਿਬ ਦੇ ਨਾਲ, ਸੱਚੀ ਮੁੱਚੀ ਤੁਸੀਂ ਇੰਨੇ ਭੇਤੀ ਹੋ ਜਾਓਗੇ, ਸਾਰੇ ਦਾ ਸਾਰਾ ਨਕਸ਼ਾ ਰੱਬ ਦੇ ਘਰ ਦਾ, ਜੋ ਪ੍ਰਭ ਕੋ ਮਿਲਬੋ ਚਾਹੇ ਖੋਜ, ਸ਼ਬਦ ਵਿੱਚੋਂ ਲੱਭ ਲਓਗੇ ਰੱਬ ਦੇ ਰਾਹ, ਬੰਦਾ ਨਹੀਂ ਦੱਸੂਗਾ, ਅੱਖੋ ਵਾਹਿਗੁਰੂ, ਕਿੱਥੋਂ ਲੱਭੋਗੇ? ਸ਼ਬਦ ਨੂੰ ਵਿਚਾਰ ਕਰੋ, ਅੱਜ ਦੇ ਅਵ ਸ਼ਬਦ ਦੀ ਵਿਚਾਰ ਕਰੀਏ। ਸਾਹਿਬ ਜੀ ਕਹਿੰਦੇ, ਸੋ ਕੱਤ ਜਾਣੇ ਪੀਰ ਪਰਾਈ, ਢਿੱਡ ਪੀੜ ਮੇਰੇ ਹੁੰਦੀ ਹੋਵੇ, ਅਤੇ ਜਿਹੜੀ ਮੈਨੂੰ ਦਰਦ ਹੋ ਰਹੀ, ਜੋ ਮੈਂ ਮਹਿਸੂਸ ਕਰ ਰਿਹਾ, ਜਿਹਨੂੰ ਨਹੀਂ ਹੋ ਰਹੀ ਉਹ ਕਰ ਰਿਹਾ, ਜਿਹਨਾਂ ਨੂੰ ਗੁਰੂ ਨਾਲ ਪਿਆਰ ਪਿਆ ਹੈ, ਜਿਹਨੂੰ ਗੁਰੂ ਦੇ ਵਿਛੋੜੇ ਦੀ ਦਰਦ ਹੋ ਰਹੀ, ਦੂਸਰਾ ਕੌਣ ਜਾਣਦਾ? ਸੋ ਕੱਤ ਜਾਣੇ ਪੀਰ ਪਰਾਈ, ਜਾ ਕੇ ਅੰਤਰ ਦਰਦ ਨਾ ਪਾਈ, ਜਿਹਨਾਂ ਨੂੰ ਕਦੀ ਵਿਛੋੜੇ ਦੀ ਦਰਦ ਹੋਈ ਨਹੀਂ, ਉਹਨਾਂ ਨੂੰ ਕੀ ਪਤਾ ਹੈ, ਉਹਨਾਂ ਨੂੰ ਕੀ ਪਤਾ ਹੈ ਰੱਬ ਦੇ ਵਿਛੋੜੇ ਦੀ ਦਰਦ, ਬਿਰਹਾ ਬਿਰਹਾ ਆਖੀਏ, ਬਿਰਹਾ ਦਰਦ ਦਰਦ ਦਰਦ, ਰੱਬ ਦੇ ਵਿਛੋੜੇ ਦੀ ਦਰਦ, ਬਿਰਹਾ ਬਿਰਹਾ ਆਖੀਏ, ਬਿਰਹਾ ਤੂੰ ਸੁਲਤਾਨ, ਫਰੀਦਾ ਜਿੱਤ ਤਨ ਬਿਰੋ ਨਾ ਉਪਜੇ, ਸੋ ਤਨ ਜਾਣ ਮਸਾਣ, ਉਹ ਬੰਦਾ ਜਿੰਦਾ ਸੁਣ, ਆਖੋ ਵਾਹਿਗੁਰੂ, ਵਾਹਿਗੁਰੂ। ਸੋ ਕੱਤ ਜਾਣੇ ਪੀਰ, ਸਾਰੇ ਪੜੋ, ਸੋ ਕੱਤ ਜਾਣੇ ਜਾ ਕੇ ਅੰਤਰ ਦਰਦ ਨਾ ਪਾਈ, ਜਾ ਕੇ ਅੰਤਰ ਦਰਦ ਨਾ ਪਾਈ। ਅੱਗੇ ਜਾ ਕੇ ਸੁਹਾਗਣ ਦੀ ਕਹਾਣੀ ਬੜੀ ਪਿਆਰੀ ਲਿਖੀ, ਆਖੋ ਵਾਹਿਗੁਰੂ, ਵਾਹਿਗੁਰੂ। ਕਹਿੰਦੇ ਜਿਹੜਾ ਪਤੀ ਹੁੰਦਾ ਨਾ, ਪਤੀ ਜੇ ਪਤੀ ਬਾਰੇ ਪੁੱਛਣਾ ਹੋਵੇ ਵੀ ਪਤੀ ਕਿਹਨੂੰ ਕਹਿੰਦੇ ਆ ਜੀ, ਪਤੀ ਕਿਸ ਤਰ੍ਹਾਂ ਦਾ ਹੁੰਦਾ ਹੈ, ਕੀ ਜੀ ਤੇ ਕਿਸੇ ਸੁਹਾਗਣ ਨੂੰ ਪੁੱਛੋ, ਕਮਜਾਤ ਨੂੰ ਨਹੀਂ, ਕਮਜਾਤ ਨੂੰ ਨਹੀਂ, ਸੁਹਾਗਣ ਆਪਣੇ ਪਤੀ ਤੋਂ ਬਿਨਾਂ ਜਿਹਨੇ ਕਿਸੇ ਦਾ ਮੂੰਹ ਹੀ ਨਾ ਵੇਖਿਆ ਹੋਵੇ, ਆਖੋ ਵਾਹਿਗੁਰੂ, ਵਾਹਿਗੁਰੂ। ਗੱਜ ਕੇ ਬੋਲੋ ਨਾ, ਵਾਹਿਗੁਰੂ। ਤੁਰਿਆ ਜਾਂਦਾ ਸੀ ਬਾਬਾ ਫਰੀਦ,
ਤੇ ਸਵੇਰੇ ਸਵੇਰੇ ਉਂਡਿਆ ਚੂੰ 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 ਚਿੜੀਆਂ ਕਰਦੀਆਂ ਸੁਣਿਆ ਤੁਸੀਂ ਤੇ ਸੁਰਤ ਜੁੜੀ ਸੀ ਕਹਿਣ ਲੱਗਾ ਸੁਰਤ ਤੋੜਦੀਆਂ ਜੇ ਰੌਲਾ ਪਾ ਕੇ ਸਵੇਰੇ ਸਵੇਰ ਮਰੋ ਪਰੇ ਤੇ ਇਤਨਾ ਤੁਸਾਂ ਤੇ ਮੈਂ ਕਥਾ ਸੁਣੀ ਆ ਵੀ ਚਿੜੀਆਂ ਮਰ ਗਈਆਂ ਸੁਣੀ ਮਰ ਗਈਆਂ ਚਿੜੀਆਂ ਤੇ ਕਹਿੰਦਾ ਹਾਏ ਮੇਰੀ ਇਹ ਜਿੰਦੇ ਤੇ ਗਲਤ ਕੰਮ ਹੋ ਗਿਆ ਮੈਂ ਤੇ ਪਾਪ ਕਰ ਬੈਠਾ ਮੈਨੂੰ ਨਹੀਂ ਸੀ ਕਹਿਣਾ ਚਾਹੀਦਾ ਇੰਨੀ ਗੱਲ ਕਰਦਿਆਂ 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 ਅੰਦਰ ਇੰਨਾ ਕੁ ਕੰਡਾ ਵੱਜ ਗਿਆ ਵੀ ਤੇਰੀ ਸਿੱਧੀ ਹੋ ਚੁੱਕੀ ਹੈ ਤੈਨੂੰ ਪ੍ਰਾਪਤੀ ਹੋ ਚੁੱਕੀ ਹੈ ਇੱਥੇ ਪਾਗਲ ਹੋ ਗਏ ਲੋਕੀ ਨਾਮ ਦੇ ਰਾਹ ਦੇ ਉੱਤੇ ਐ ਕਰਦੇ ਨਾ ਜਿਹੜੇ ਲੋਕੀ ਉਹ ਕਹਿੰਦੇ ਸਾਨੂੰ ਪ੍ਰਾਪਤੀ ਹੋ ਚੁੱਕੀ ਹੈ ਝਟਕੇ ਵੱਜਣ ਲੱਗ ਪਏ ਨੇ ਤੇ ਦਾਸਰਾ ਉਹਨਾਂ ਨੂੰ ਇਹ ਕਹਿੰਦਾ ਹੁੰਦਾ ਜਿਹੜਾ ਮੈਨੂੰ ਕੋਈ ਇਸ ਤਰ੍ਹਾਂ ਗੱਲ ਤੁਹਾਡੇ ਚੌਕੀਦਾਰ ਨੂੰ ਕਹੇ ਵੀ ਮੈਨੂੰ ਭਾਈ ਝਟਕੇ ਵੱਜਦੇ ਤੇ ਮੈਂ ਕਿਹਾ ਤੁਸੀਂ ਨਵੀਂ ਗੱਡੀ ਲਈ ਹੋਵੇ ਤੇ ਫਰੀ ਮੋਡ ਚੱਲੇ ਹੋ ਫਰੀ ਵੇ ਤੇ ਚੜ੍ਹ ਕੇ ਝਟਕੇ ਮਾਰੇ ਗੱਡੀ ਕੀ ਕਰਦੇ ਹੋ ਨਹੀਂ ਪਤਾ ਲੱਗਦਾ ਕੀ ਕਰਦੇ ਸਾਈਡ ਤੇ ਕੱਢਦੇ ਟਿੱਟੋ ਵਾਲੇ ਨੂੰ ਬੁਲਾਉਂਦੇ ਮਕੈਨਿਕ ਨੂੰ ਬੁਲਾਉਂਦੇ ਵੀ ਮੇਰੀ ਗੱਡੀ ਕੀ ਕਰਦੀ ਜੇ ਰੱਬ ਦੇ ਘਰ ਨੂੰ ਸੁਰਤ ਰੂਪੀ ਗੱਡੀ ਜਾਂਦੀ ਨੂੰ ਝਟਕੇ ਵੱਜਦੇ ਤੇ ਕਿਸੇ ਮਕੈਨਿਕ ਨੂੰ ਪੁੱਛੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਮੇਰੀ ਗੱਡੀ ਨੂੰ ਝਟਕੇ ਕਿਉਂ ਵੱਜਦੇ ਨੇ ਉਹ ਤਾਂ ਸਿੱਧੇ ਤੁਰ ਕੇ ਚਲੇ ਗਏ ਜਿਹਨਾਂ ਮੰਜ਼ਲੇ ਮਕਸੂਦ ਤੇ ਜਾਣਾ ਉਹਨਾਂ ਦੀ ਗੱਡੀ ਨੂੰ ਝਟਕੇ ਨਹੀਂ ਵੱਜੇ ਉਹਨਾਂ ਐਨ ਨਹੀਂ ਕੀਤਾ ਪਤਾ ਹੀ ਨਹੀਂ ਲੱਗਾ ਕਦੋਂ ਚੜ ਗਏ ਪਤਾ ਹੀ ਨਹੀਂ ਲੱਗਾ ਕਦੋਂ ਲੰਘ ਗਏ ਆਖੋ ਵਾਹਿਗੁਰੂ ਸੋਹਣੇ ਸ਼ਬਦ ਨੇ ਉਹਨੇ ਜਾ ਕੇ ਅੰਦਰ ਇੰਨਾ ਕੀ ਕੰਡਾ ਵੱਜਿਆ ਰੱਬ ਦੀ ਇਬਾਦਤ ਕੀਤੀ ਸੀ ਰੱਬ ਨੂੰ ਤਰਸ ਆ ਗਿਆ ਵੀ ਇਹ ਕੰਡਾ ਜਿਹੜਾ ਵੱਜਿਆ ਇਹ ਤੇ ਜਿਉਂ ਜਿਉਂ ਚਲੇ ਤੁਹਾਨੂੰ ਵੀ ਕਿਤੇ ਵੱਜ ਜਾ ਨਾ ਛੋਟਾ ਜਿਹਾ ਕਿਤੇ ਅੱਖਾਂ ਉੱਖਾਂ ਮੀਟੀਆਂ ਕੋਈ ਤਾਰੇ ਤੂਰੇ ਦਿਸਣ ਲੱਗ ਪੈਣ ਤੇ ਮੰਜ਼ਿਲ ਨਹੀਂ ਮਗਰ ਕਿਤੇ ਕੰਡਾ ਨਾ ਮਾਰ ਪਿਓ ਵਾਹਿਗੁਰੂ ਇਸ ਤਰ੍ਹਾਂ ਵੀ ਹੋਣ ਲੱਗ ਪੈਣਾ ਬੰਦ ਨਾ ਹੋਵੇ ਸਿਮਰਨ ਜਿਹਨੂੰ ਮੰਜ਼ਿਲ ਨਾ ਸਮਝ ਲਿਓ ਆਖੋ ਵਾਹਿਗੁਰੂ ਵਾਹਿਗੁਰੂ ਕਿਤੇ ਚੱਕਰ 'ਚ ਨਾ ਪੈ ਜਾਣਾ ਵੀ ਮੈਨੂੰ ਪ੍ਰਾਪਤੀ ਹੋ ਚੁੱਕੀ ਉਸੇ ਵੇਲੇ ਰੱਬ ਨੂੰ ਤਰਸ ਆਇਆ ਰੱਬ ਨੇ ਇੱਕ ਖੂਹ ਬਣਾ ਲਿਆ ਆਪਣੀ ਕਲਾ ਵਰਤਾਈ ਕਹਿ ਗਿਆ ਜਿਉਂਦੀਆਂ ਜੋ ਉਹ ਉੱਡ ਗਈਆਂ ਮਨ 'ਚ ਕੰਡਾ ਵੱਜਦਾ ਸੀ ਆਪਣੇ ਭਗਤ ਦਾ ਕੰਡਾ ਪੁੱਟਣ ਨੂੰ ਇੱਕ ਖੂਹ ਬਣਾਇਆ ਉੱਥੇ ਇੱਕ ਮੁਟਿਆਰ ਨੂੰ ਪਾਣੀ ਭਰਦੀ ਵਿਖਾਇਆ ਆਖੋ ਵਾਹਿਗੁਰੂ ਵਾਹਿਗੁਰੂ ਸੁਣਨ ਵਾਲੇ ਬਚਨ ਨੇ ਜੇ ਸੁਸਤ ਸਸਤ ਨਾ ਹੋਏ ਤੁਸੀਂ ਫਿਰ ਤੁਸੀਂ ਕਹੋਗੇ ਇਹ ਕਹਾਣੀਆਂ ਤਾਂ ਅਸੀਂ ਕਰੋੜ ਵਾਰ ਸੁਣੀਆਂ ਮਗਰ ਤੁਸੀਂ ਸੁਣ ਕੇ ਲੱਭਾ ਵਿੱਚੋਂ ਕੁਛ ਨਹੀਂ ਆ ਲੱਭਣ ਦੀ ਕੋਸ਼ਿਸ਼ ਕਰੇ ਆਖੋ ਵਾਹਿਗੁਰੂ ਖੂਹ ਤੇ ਚਲੇ ਗਿਆ ਮੈਨੂੰ ਪਿਆਸ ਲੱਗੀ ਆ ਕੁੜੀਏ ਪਾਣੀ ਪਿਆ ਕੁੜੀ ਕੀ ਕੱਢਦੀ ਸੀ ਭੜ ਭਰ ਕੇ ਡੋਲ ਪਾਣੀ ਦੇ ਧਰਤੀ 'ਤੇ ਸੁੱਟੀ ਜਾਂਦੀ ਸੀ ਆਖੋ ਐ ਰੱਖਿਆ ਬੇਟਾ ਪਾਣੀ ਪਿਆ ਉਹਨੇ ਫੇਰ ਪਾਣੀ ਦਾ ਡੋਲ ਤੇ ਕੱਢਿਆ ਕੀ ਕੀਤਾ ਡੋਲ ਦਿੱਤਾ ਆਖੋ ਵਾਹਿਗੁਰੂ ਦੂਸਰਾ ਕੱਢਿਆ ਉਹ ਵੀ ਡੋਲਤਾ ਤੀਸਰਾ ਕੱਢਿਆ ਉਹ ਵੀ ਡੋਲਤਾ ਆਖੋ ਵਾਹਿਗੁਰੂ ਖਿਜ ਕੇ ਕਹਿੰਦਾ ਤੂੰ ਕਮਲੀ ਤਾਂ ਨਹੀਂ ਪਾਗਲੇ ਕੁੜੀਏ ਮੈਂ ਪਾਣੀ ਮੰਗਣ ਡਿਆ ਮੇਰੀ ਪਿਆਸ ਨਾਲ ਜਾਨ ਨਿਕਲਣ ਡਈ ਤੂੰ ਥੱਲੇ ਡੋਲੀ ਜਾਂਦੀ ਕਿੰਨੇ ਕੀਤਾ ਸੁਆਗਣ ਨੇ ਇਤਨਾਸ ਕੀਤਾ ਬਾਬਾ ਰੁਕ ਜਾ ਇਹ ਚਿੜੀਆਂ ਨਹੀਂ ਹੋ ਕੀ ਇਹ ਚਿੜੀਆਂ ਨਹੀਂ ਹੋ ਫਿਰ ਕੀ ਆ ਸੁਹਾਗਣ ਖਲੋਤੀ ਹੋ ਅੱਗੇ ਸੁਹਾਗਣ ਤੇ ਪਤਾ ਫਿਰ ਪਾਣੀ ਪੀ ਕੇ ਤੇ ਮਗਰੋਂ ਪੁੱਛਦਾ ਕੀ ਹੈ ਪਾਣੀ ਤੇ ਵਿਆਹ ਤਾਂ ਉਹਨੇ ਘੜੀ ਕਵਾ ਦੂ ਕਹਿੰਦਾ ਕਿੱਥੋਂ ਪਾਇਆ ਈ ਤੁਸੀਂ ਤੇ ਉਹਨਾਂ ਲੋਕਾਂ ਦੀਆਂ ਗੱਲਾਂ ਹੀ ਨਹੀਂ ਨਾ ਸੁਣੀਆਂ ਜਿਹੜੀਆਂ ਇਹੋ ਜਿਹੀਆਂ ਗੱਲਾਂ ਰੂਹਾਨੀਅਤ ਦੀਆਂ ਕਰਦੇ ਨੇ ਕਿੱਥੋਂ ਪਾਇਆ ਈ ਕਹਿੰਦੀ ਬਾਬਾ ਜਿੱਦਣ ਮੈਂ ਵਿਆਹ ਹੀ ਆਈ ਸਨ ਸੁਣ ਰਹੀਆਂ ਜੇ ਤੁਸੀਂ ਵੀ ਜਿੱਦਣ ਮੈਂ ਵਿਆਹ ਹੀ ਆਈ ਸਨ ਤੇ ਅੱਧੀ ਰਾਤ ਮੇਰਾ ਡੋਲਾ ਪਹੁੰਚਿਆ ਸੀ ਤੁਰ ਕੇ ਲੋਕੀ ਆਉਂਦੇ ਸੀ ਅੱਖੋ ਵਾਹਿਗੁਰੂ ਤੇ ਆਣ ਕੇ ਜਦੋਂ ਲੰਮੇ ਪੈਣ ਲੱਗਿਆ ਮੇਰੇ ਘਰ ਵਾਲੇ ਨੇ ਆਵਾਜ਼ ਦਿੱਤਾ ਕਰਮਾਂ ਵਾਲੀਏ ਪਾਣੀ ਪਿਆ ਮੈਂ ਖੂਹ ਤੋਂ ਪਾਣੀ ਲੈਣ ਚਲੇ ਗਈ ਤੇ ਆਉਂਦਿਆਂ ਨੂੰ ਉਹਦੀ ਅੱਖ ਲੱਗ ਗਈ ਕਿਹਦੀ ਘਰ ਵਾਲੇ ਦੀ ਅੱਖ ਲੱਗ ਗਈ ਮੈਂ ਪਾਣੀ ਲੈ ਕੇ ਜਦੋਂ ਕੋਲ ਆਈ ਗਲਾਸ ਭਰ ਕੇ ਤੇ ਮੈਂ ਆਵਾਜ਼ ਨਹੀਂ ਦਿੱਤੀ ਮੇਰੇ ਘਰ ਦਾ ਘਰਾੜੇ ਮਾਰ ਰਿਹਾ ਸੀ ਥੱਕਾ ਸੀ
ਇੱਕ ਪੈਰ ਮੇਰਾ ਤਾਂ ਸੀ ਅਤੇ ਇੱਕ ਧਰਤੀ 'ਤੇ ਸੀ। ਮੈਂ ਰਾਤ ਦੀ 12 ਵਜੇ ਦੀ ਖਲੋਤੀ, ਸਵੇਰ ਦੇ 4 ਵਜੇ ਤੱਕ ਇੱਕ ਪੈਰ 'ਤੇ ਖਲੋਤੀ ਰਹੀ ਵੀ ਮੇਰੇ ਪਤੀ ਦੀ ਨੀਂਦ ਨਾ ਖਰਾਬ ਹੋ ਜਾਏ। ਉਹਨੇ 4 ਵਜੇ ਅੱਖਾਂ ਖੋਲੀਆਂ ਅਤੇ ਉਹਦਾ ਇੱਥੇ ਕੀ ਕਰਦੀ ਹੈ, ਧਿਆਨ ਦਿਓ ਕੀ ਪੁੱਛਿਆ। ਉਹਨੇ ਕਿਹਾ ਮੈਂ ਤਾਂ ਪਾਣੀ ਲੈ ਕੇ ਆਈ ਸਾਂ, ਆਵਾਜ਼ ਨਹੀਂ ਮਾਰੀ, ਆਵਾਜ਼ ਨਹੀਂ ਮਾਰੀ। ਉਹਨੇ ਕਿਹਾ ਸਰਦਾਰ ਜੀ ਮੈਂ ਤੁਹਾਨੂੰ ਤਾਂ ਆਵਾਜ਼ ਨਹੀਂ ਮਾਰੀ ਕਿਤੇ ਤੁਹਾਡੀ ਨੀਂਦ ਨਾ ਖਰਾਬ ਹੋ ਜਾਏ। ਬਾਬਾ ਇੰਨੀ ਗੱਲ ਕਹਿੰਦੀ ਸਾਂ, ਉਹਨੇ ਅੰਦਰੋਂ ਮਿਹਰ 'ਚ ਭਰ ਕੇ ਮੇਰੇ ਵੱਲ ਵੇਖਿਆ, ਇੱਕੇ ਰਾਤ ਵਿੱਚ ਹੀ ਸੁਆਗਣ ਕਰਤਾ। ਜਿਹੜੀ ਬੜੇ ਬੜੇ ਰਿਸ਼ੀਆਂ ਮੁਨੀਆਂ ਨੂੰ ਅਵਸਥਾ ਨਹੀਂ ਨਾ ਮਿਲੀ, ਉਹਦੀ ਅੰਦਰਲੀ ਜੋਤ ਨੇ ਐਸੀ ਅਸੀਸ ਦਿੱਤੀ, ਮੇਰਾ ਪਹਿਲੇ ਦਿਨ ਹੀ ਕੰਮ ਹੋ ਗਿਆ। ਤੂੰ ਜੰਗਲਾਂ 'ਚ ਭੌਂ ਕੇ ਉਹ ਨਾ ਪਾ ਸਕਿਓ ਜੋ ਇੱਕ ਰਾਤ 'ਚ ਪਾ ਲਿਆ, ਇੱਕ ਘੜੀ 'ਚ ਪਾ ਲਿਆ। ਇੱਥੇ ਸਾਹਿਬ ਕਹਿੰਦੇ ਪਤੀ ਦੀ ਸਾਰ ਸੀ ਨਾ ਉਹਨੂੰ, ਵੀ ਪਤੀ ਕੀ ਚੀਜ਼ ਹੁੰਦਾ ਹੈ, ਕਿਤੇ ਮੇਰੇ ਪੈਰ ਰੱਖਣ ਨਾਲ ਮੇਰੇ ਪਤੀ ਦੀ। ਇੱਥੇ ਕਹਿੰਦੇ ਸਹਿ ਕੀ ਸਾਰ ਸੁਹਾਗਣ ਜਾਣੇ, ਪਤੀ ਕੀ ਹੁੰਦਾ ਹੈ, ਗੁਰੂ ਕੀ ਹੁੰਦਾ ਹੈ, ਸਿੱਖ ਨੂੰ ਪੁੱਛੋ ਗੁਰੂ ਕੀ ਹੁੰਦਾ ਹੈ, ਗੱਜ ਕੇ ਬੋਲੋ ਗੁਰੂ ਕੀ ਹੁੰਦਾ ਹੈ। ਗੁਰੂ ਪਤੀ ਹੈ ਨਾ, ਸ਼ਬਦ ਗੁਰੂ ਆ, ਪਤੀ ਤੇ ਸੁਰਤ ਉਹਦੀ ਪਤਨੀ ਹੈ। ਉਸ ਸੁਰਤ ਨੂੰ ਪੁੱਛੋ ਜਿਹਨੇ ਜਾਪ ਕੀਤਾ ਹੈ ਤੇ ਉਹਨੂੰ ਭਰਿਆ ਹੈ ਰੱਬ ਨੇ। ਸਹਿ ਕੀ ਸਾਰ ਸੁਹਾਗਣ ਜਾਣੇ, ਤਜ ਅਭਮਾਨ। ਨਹੀਂ ਤੁਸੀਂ ਬੋਲਦੀਆਂ ਨੀ ਜੀ, ਇੱਥੇ ਤੁਹਾਡੇ ਮਤਲਬ ਦੀ ਗੱਲ ਸੀ। ਤਾਜ ਤਾਜ ਬਣੇ, ਆਪਣਾ ਅਹੰਕਾਰ ਛੱਡ ਕੇ ਪਤੀ ਦੀ ਖੁਸ਼ੀ ਲਈ ਜਾਂਦੀ ਆ। ਆਖੋ ਵਾਹਿਗੁਰੂ, ਗੱਡ ਕੇ ਬੋਲੋ ਨਾ ਵਾਹਿਗੁਰੂ। ਤਜ ਅਭਮਾਨ ਸੁਖ ਰਲੀਆਂ ਮਨ, ਉਸ ਮਾਲਕ ਦੇ ਚਰਨਾਂ 'ਚ ਤਨ ਮਨ ਦੇ ਨਾ ਅੰਤਰ ਰੱਖੇ, ਕੋਈ ਫਰਕ ਨਹੀਂ ਰਹਿਣ ਦਿੰਦੀ, ਤਨ ਮਨ ਉਹਦੇ ਚਰਨਾਂ 'ਚ ਰੱਖ ਦਿੰਦੀ। ਤੁਸੀਂ ਸਿੱਖ ਤੇ ਗੁਰੂ ਦੀ ਕਹਾਣੀ ਵੇਖੋ। ਆਖੋ ਵਾਹਿਗੁਰੂ, ਤਨ ਤੇ ਮਨ ਗੁਰੂ ਦੇ ਚਰਨਾਂ 'ਚ ਭੇਟਾ ਕਰ ਦਿੰਦੀ, ਨਾ ਅੰਤਰ ਰੱਖੇ, ਮਾਸਾ ਵੀ ਫਰਕ ਨਹੀਂ ਰੱਖਦੀ ਵੀ ਮੈਂ ਵੀ ਹਾਂ ਨਾ, ਸਭ ਕੁਛ ਤੇਰਾ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ। ਅਵਰਾਂ ਦੇਖ ਨਾ ਸੁਣੇ ਅਭਾਖੇ, ਜਿਹੜੀਆਂ ਕਮਜਾਤਾਂ ਗੁਰੂ ਗ੍ਰੰਥ ਸਾਹਿਬ ਬਾਰੇ ਗੱਲਾਂ ਕਰਦੀਆਂ ਨਾ, ਤੇ ਦਸਮ ਦੀ ਬਾਣੀ ਬਾਰੇ ਗੱਲਾਂ ਕਰਦੀਆਂ। ਆਖੋ ਵਾਹਿਗੁਰੂ, ਵਾਹਿਗੁਰੂ। ਮਨਾਂ ਵੱਲ ਵੇਖ ਕੇ ਨਾ ਸੁਣੇ ਅਭਾਖੇ, ਭਾਖੇ ਤੋਂ ਅਭਾਖੇ ਸ਼ਬਦ, ਜਿਹੜੀ ਬੋਲੀ ਨਹੀਂ ਗੁਰਮਤਿ ਅਨੁਸਾਰ, ਉਹ ਨਾ ਸੁਣੇ, ਉਹ ਅਸਵਾਗਣ। ਗੁਰੂ ਕਾ ਸਿੱਖ ਹੋਵੇ ਤੇ ਗਾਤਰਾ ਗਲ 'ਚ ਪਾਇਆ ਹੋਵੇ, ਪੰਜਾਂ ਬਾਣੀਆਂ ਨਾਲ ਅੰਮ੍ਰਿਤ ਬਣਿਆ ਹੋਵੇ, ਤੇ ਉਹਨਾਂ ਪੰਜਾਂ ਬਾਣੀਆਂ ਦੇ ਕਿੰਤੂ ਪਰੰਤੂ ਸੁਹਾਗਣ ਨਹੀਂ ਹੋ ਸਕਦੀ। ਆਖੋ ਵਾਹਿਗੁਰੂ, ਵਾਹਿਗੁਰੂ। ਬੋਲੋ ਨਾ ਵਾਹਿਗੁਰੂ। ਤਨ ਮਨ ਦੇ ਨਾ ਅੰਤਰ ਰੱਖ, ਅਵਰਾ ਦੇਖ ਲੋਕਾਂ ਵੱਲ ਵੇਖ ਕੇ ਵੀ ਉਹ ਇਹ ਕੁਝ ਕਹਿੰਦਾ, ਆਹ ਇਹ ਕੁਝ ਕਹਿੰਦਾ, ਉਹ ਕੁਝ ਕਹਿੰਦਾ। ਆਖੋ ਵਾਹਿਗੁਰੂ, ਵਾਹਿਗੁਰੂ। ਕੱਲ ਕੇ ਪਰਸੋਂ ਮੈਨੂੰ ਕੋਈ ਸਿੰਘ ਮਿਲਿਆ, ਮੈਂ ਕਿਹਾ ਅੰਮ੍ਰਿਤ ਛਕਲਾ, ਕਹਿੰਦਾ ਭਾਜੀ ਮੈਂ ਅੰਮ੍ਰਿਤ ਤੇ ਛਕਲਾ ਡਲੇ ਖਾਣ ਨੂੰ ਦਿਲ ਕਰਦਾ। ਵਾਹਿਗੁਰੂ। ਮੈਨੂੰ ਨਹੀਂ ਪਤਾ ਡਲੇ ਕਿਹਨੂੰ ਕਹਿੰਦਾ ਹੈ। ਵਾਹਿਗੁਰੂ। ਮੈਂ ਕਿਹਾ ਆਂਦਾ ਜਿਹੜੇ ਨਿਹੰਗ ਖਾਂਦੇ ਨੇ, ਅਵਰਾਂ ਦੇਖ, ਵਾਹਿਗੁਰੂ, ਅਵਰਾਂ ਦੇਖ ਨਾ ਸੁਣੇ ਅਭਾਖੇ। ਵਾਹਿਗੁਰੂ। ਸਿੱਖਾ ਤੂੰ ਆਪਣੇ ਗੁਰੂ ਨੂੰ ਪੁੱਛਣਾ ਵੀ ਮੈਂ ਕੀ ਖਾਵਾਂ ਤੇ ਕੀ ਨਾ ਖਾਵਾਂ, ਕੀ ਵੇਖਾਂ ਤੇ ਕੀ ਨਾ ਵੇਖਾਂ, ਕੀ ਸੁਣਾ ਤੇ ਕੀ ਨਾ ਸੁਣਾ, ਕੀ ਪਹਿਨਾ ਤੇ ਕੀ ਨਾ ਪਹਿਨਾ। ਆਖੋ ਵਾਹਿਗੁਰੂ। ਸੋ ਕਤ ਜਾਣੇ ਪੀਰ ਪਰਾਈ, ਜਾ ਕੇ ਅੰਤਰ ਦਰਦ ਨਾ ਪਾਈ। ਦੁਖੀ ਦੁਹਾਗਣ, ਦੁਖੀ ਹੋ ਗਈ, ਉਹ ਸੁਹਾਗਣ ਸੀ, ਇਹ ਤੁਸੀਂ ਬੋਲੋ ਇੱਕ ਵਾਰ। ਇੱਕ ਸੁਹਾਗਣ ਹੁੰਦੀ ਆ ਜਿਹੜੀ ਝੁੱਗੀ 'ਚ ਵੀ ਵਿਆਹ ਦਿਓ ਤੇ ਜਿੱਥੇ ਜਾ ਕੇ ਡੋਲੀ ਲੱਥੀ ਉੱਥੋਂ ਅਰਥੀ ਉੱਟੀ, ਨਹੀਂ ਪਤਾ ਲੱਗਾ ਉਹ ਕੀ ਹੁੰਦੀ ਸੁਹਾਗਣ। ਉੱਥੇ ਟੁੱਟੀ ਮੰਜੀ ਹੋਵੇ, ਉੱਥੇ ਸੁੱਕੀ ਰੋਟੀ ਹੋਵੇ, ਸੁਹਾਗਣ ਸ਼ਬਦ ਦੇ ਗਲ 'ਚ ਪਾਉਣਾ ਪੈਣਾ ਹੈ ਨਾ, ਤੇ ਉੱਥੇ ਸੁੱਕੀਆਂ ਤੇ ਗਿੱਲੀਆਂ ਰੋਟੀਆਂ ਵੱਲ ਧਿਆਨ ਨਹੀਂ ਦੇਣਾ ਪੈਣਾ, ਪਤੀ ਵੱਲ ਧਿਆਨ ਦੇਣਾ ਪੈਣਾ ਹੈ। ਵਾਹਿਗੁਰੂ। ਆਖੋ ਵਾਹਿਗੁਰੂ, ਵਾਹਿਗੁਰੂ। ਦੁਖੀ ਦੁਹਾਗਣ, ਜਿਹੜੇ ਦੁਹਾਗਣ ਸੀ ਉਹ ਦੁਖੀ ਹੋ ਗਈ, ਦੋਵੇਂ ਪੱਖ ਹੀਣੀ, ਨਾ ਸਹੁਰਿਆਂ ਜੋਗੀ ਰਹੀ ਨਾ ਪੇਕਿਆਂ ਜੋਗੀ ਰਹੀ, ਇੱਥੋਂ ਚੁੱਕ ਕੇ ਤੋਰ ਦਿੱਤੀ। ਆਖੋ ਵਾਹਿਗੁਰੂ, ਇੱਥੋਂ ਚੁੱਕ ਕੇ ਤੋਰ ਦਿੱਤੀ। ਜਦੋਂ ਚਾਰ ਬੰਦੇ ਡੋਲੀ ਚੁੱਕਦੇ ਨੇ ਤੇ ਚਾਰ ਬੰਦੇ ਹੀ ਬੋਲੋਗੇ, ਜਰਾ ਵਾਹਿਗੁਰੂ, ਚਾਰ ਹੀ ਡੋਲੀ ਚੁੱਕਦੇ। ਹੁਣ ਅਗਲੇ ਘਰ ਵਿਆਹ ਹੀ ਚੱਲੀ ਹੈ ਨਾ, ਉੱਥੇ ਵੀ ਵਿਆਹ, ਸਭਨਾ ਸਹੁਰੇ ਬੰਨਣਾ,
ਅੱਗੇ ਇੱਥੋਂ ਪੇਕਿਓ ਉੱਠ ਕੇ ਸਹੁਰਿਆਂ ਦੇ ਘਰ ਚ ਗਈ ਸੀ ਦੁਨਿਆਵੀ ਸਹੁਰਿਆਂ ਦੇ, ਅੱਜ ਇਸ ਦੁਨੀਆਂ ਦੇ ਪੇਕਿਆਂ ਰੂਪੀ ਧਰਤੀ ਤੋਂ ਜਿੱਥੋਂ ਪੈਦਾ ਹੋਈ ਆ ਅੱਜ ਰੱਬ ਦੇ ਘਰ ਚ ਸਹੁਰੇ ਚੱਲੀ ਆ, ਮਗਰ ਨਾ ਇੱਥੋਂ ਜੋਗੀ ਰਹੀ, ਇੱਥੋਂ ਵੀ ਤੋਰਤੀ ਤੇ ਅੱਗੇ ਉਹਨਾਂ ਨੇ ਪਿਰਵਾਤ ਪਿਰਵਾਤੜੀ ਨਾ ਪੁੱਛੀ, ਉਹਨੇ ਦਰਵਾਜ਼ਾ ਹੀ ਨਾ ਖੋਲਿਆ। ਮਹਾਰਾਜ ਜੀ ਦਰਵਾਜ਼ਾ ਖੋਲੋ, ਕੌਣ ਆ ਕੌਣ ਆ ਕੌਣ ਆ? ਮਹਾਰਾਜ ਮੈਂ ਤੁਹਾਡੀ। ਉਹਨੇ ਕਿਹਾ ਮੇਰੀ ਨੀ, ਇਸ ਨਾਮ ਦੀ ਕੋਈ ਵੀ ਹੈਗੀ, ਦਰਵਾਜ਼ਾ ਹੀ ਨਾ ਖੋਲੋ। ਅੱਖੋ ਵਾਹਿਗੁਰੂ ਮੇਰੇ ਸਾਹਿਬ ਜੀ ਕਹਿੰਦੇ ਨਹਾ ਨਿਰੰਤਰ, ਨਹਾ ਬਣੇ ਪਤੀ, ਨਿਰੰਤਰ ਭਗਤ ਨਾ ਕੀਨੀ। ਉਹ ਦੋਵਾਂ ਭੁੱਖਾਂ ਤੋਂ ਹੋਣੀ ਰਹਿ ਗਈ ਜਿਹਨੇ ਆਪਣੇ ਪਤੀ ਪਰਮੇਸ਼ਵਰ ਦੀ ਨਿਰੰਤਰ ਬਣੇ ਇੱਕ ਰਸ ਭਗਤੀ ਕਰਨੀ। ਨਿਰੰਤਰ ਬਣੇ ਜੀ ਇੱਕ ਰਸ ਭਗਤੀ। ਤੁਸੀਂ ਵੇਖਿਓ ਕਦੀ ਜਿਹੜੇ ਬੰਦੇ ਬਹੁਤ ਨਿਤਨੇਮੀ ਆ ਨਾ, ਨਿਤਨੇਮ ਨੀ ਭੰਗ ਕਰਦੇ, ਉਹਨਾਂ ਦੇ ਅੰਦਰ ਚਮਕ ਆਉਣੀ ਸ਼ੁਰੂ ਹੋ ਜਾਂਦੀ। ਇੱਕ ਬੂਟੇ ਨੂੰ ਤੁਸੀਂ ਦੋ ਦਿਨ ਧਰਤੀ 'ਚ ਕੱਢਦੇ ਹੋ ਤੇ ਤਿੰਨ ਦਿਨ ਪੁੱਟ ਲਓ ਚਮਕ ਆਊਗੀ? ਇਹ ਤੇ ਇੱਕ ਰਸ ਲਾਉਣਾ ਪੈਣਾ। ਆਖੋ ਵਾਹਿਗੁਰੂ ਵਾਹਿਗੁਰੂ। ਮੇਰੇ ਸਾਹਿਬ ਕਹਿੰਦੇ ਜਿਹੜੀ ਦੁਆਗਣਾ ਉਹ ਦੁਖੀ ਹੋ ਗਈ। ਪੁਰਸਲਾ ਤਕਾ ਪੰਥ ਦੁਹੇਲਾ, ਪੁਰ ਪੁਰ ਮਣੇ ਪੁਲ, ਧਿਆਨ ਦਿਓ ਜੀ ਦੋ ਮਿੰਟ ਰਹਿ ਗਏ। ਪੁਰ ਮਣੇ ਪੁਲ, ਸਲਾਤ ਮਣੇ ਅੱਗ, ਅੱਗ ਦਾ ਪੁਲ ਆ। ਤੇ ਇਸ ਤਰ੍ਹਾਂ ਲਿਖਿਆ ਵਾਲੋ ਨਿੱਕੀ ਪੁਰਸਲਾਤ, ਜਿਹੜਾ ਨਾ ਅੱਗ ਦੇ ਉੱਤੇ ਪੁਲ ਆ ਉਹ ਬਹੁਤਾ ਚੌੜਾ ਨੀਗਾ ਵੀ ਤੁਹਾਡੀ ਗੱਡੀ ਲੰਘ ਜੂਗੀ, ਏਡੀ ਵੱਡੀ ਹਾਥੀ ਵਾਲ ਨਾਲੋਂ ਨਿੱਕਾ ਹੈ ਜਿਹਦੇ ਉੱਤੋਂ ਦੀ ਜਿਹਦੇ ਤੂੰ ਲੰਘਣਾ ਹੈ। ਆਖੋ ਵਾਹਿਗੁਰੂ ਵਾਹਿਗੁਰੂ। ਪੁਰਸਲਾਤ ਕਾ ਪੰਥ ਦੁਹੇਲਾ, ਸੰਗ ਨਾ ਸਾਥੀ ਗਵਨ ਅਕੇਲਾ। ਬੋਲੋਗੇ ਜਰਾ ਉੱਥੇ? ਇਹ ਨਹੀਂ ਵੀ ਤੂੰ ਕਿਸੇ ਐਮ ਪੀ ਨੂੰ ਨਾਲ ਲੈ ਜਾਏਗਾ, ਕਿਸੇ ਸੀ ਐਮ ਪੀ ਐਮ ਨੂੰ ਨਾਲ ਲੈ ਜਾਏਗਾ ਵੀ ਭਾਜੀ ਚਲੋ ਮੈਨੂੰ ਨਗਾਓ। ਉੱਥੇ ਇਕੱਲੀ ਨੀ ਜਾਣਾ ਪੈਣਾ, ਜੇ ਮਾਰ ਗਏ ਜਾਤ ਕੱਲੇ ਨੀ ਜਾਣਾ। ਆਖੋ ਵਾਹਿਗੁਰੂ ਵਾਹਿਗੁਰੂ। ਸੰਗ ਨਾ ਸਾਥੀ ਗਵਨ ਅਕੇਲਾ, ਤੇ ਜਦੋਂ ਜਾਏਗਾ ਨਾ ਤੇ ਉੱਥੇ ਭਗਤ ਰਵਿਦਾਸ ਕਹਿੰਦਾ ਜਦੋਂ ਮੈਂ ਗਿਆ ਨਾ ਉੱਥੋਂ ਦੀ, ਦੁਖੀਆ ਦਰਦਮੰਦ ਦਰਿਆ, ਦੁਖੀ ਦਰਦਮੰਦ ਤੇਰੇ ਦਰ ਤੇ ਆਇਆ, ਮਗਰ ਮੈਂ ਹੈਰਾਨ ਹਾਂ ਵੀ ਬਹੁਤ ਪਿਆਸ ਲੈ ਕੇ ਆਇਆ ਸਾਂ, ਤੂੰ ਕੁਛ ਬੋਲਿਓ ਹੀ ਨਹੀਂ। ਤੂੰ ਕੋਈ ਬੋਲਿਓ ਬੋਲੋ ਨਾ, ਬਹੁਤ ਪਿਆਸ ਜਵਾਬ ਨਾ ਪਾਇਆ। ਬੋਲੋ ਨਾ, ਬਹੁਤ ਪਿਆਸ ਜਵਾਬ ਨਾ ਪਾਇਆ। ਇਸ ਤਰ੍ਹਾਂ ਦੇ ਸ਼ਬਦ ਦੋ ਵਾਰ ਵਰਤੇ, ਇੱਕ ਇੱਥੇ ਵਰਤੇ, ਇੱਕ ਕਹਿੰਦੇ ਕਾਰਨ ਕਮਨ ਅਬੋਲ। ਪਤਾ ਹੈ ਬਾਣੀ ਕਾਰਨ ਕਮਨ ਅਬੋਲ? ਅੱਜ ਵੀ ਉੱਥੇ ਵੀ ਕਹਿੰਦੇ ਮਹਾਰਾਜ ਕੀ ਗੱਲ ਹੋ ਗਈ ਤੁਸੀਂ ਮੇਰੇ ਨਾਲ, ਇੱਥੇ ਵੀ ਕਹਿੰਦੇ ਆਇਆ ਤੇਰੇ ਦਰ ਤੇ ਦੁਖੀ ਬੰਦਾ, ਮਗਰ ਮੇਰੇ ਮਾਲਕ ਜੀ ਜਵਾਬ ਕੋਈ ਦਿਓ ਨਾ, ਜਵਾਬ ਕਿਉਂ ਨਹੀਂ ਦਿੰਦੇ ਮੈਨੂੰ? ਤੇ ਉਹਨੇ ਆਖਿਆ ਨਾ ਬਈ ਤੇਰੇ ਤੇ ਵੱਸ ਦਾ ਰੋਗ ਨਹੀਂ, ਤੈਨੂੰ ਬਖਸ਼ਣ ਵਾਲੀ ਕਹਾਣੀ ਕੋਈ ਨਹੀਂ, ਤੂੰ ਨਿਤਨੇਮ ਨਹੀਂ ਕੀਤਾ, ਸਿਮਰਨ ਨਹੀਂ ਕੀਤਾ, ਬੰਦਗੀ ਨਹੀਂ ਕੀਤੀ, ਹੁਣ ਤਰਲਾ ਪਾਉਂਦੇ ਰਵਿਦਾਸ ਨੇ ਤੁਹਾਨੂੰ ਜਾਂਚ ਸਿਖਾਤੀ। ਆਖੋ ਵਾਹਿਗੁਰੂ ਵਾਹਿਗੁਰੂ। ਕਹਿ ਰਵਿਦਾਸ ਸ਼ਰਨ ਪ੍ਰਭ ਤੇਰੀ, ਜਿਉਂ ਜਾਣੋ ਤਿਉਂ ਕਰ ਗਤ ਮੇਰੀ। ਬਾਹ ਤਰਲਾ ਕਹਿ ਰਵਿਦਾਸ ਆ ਭੁੱਲ ਗਈ ਜੇ ਸਰਦਾਰਾਂ ਨੂੰ ਬਾਣੀ, ਚੁਗਲੀਆਂ ਸੁਣ ਲਓ, ਨਿੰਦਾ ਸੁਣ ਲਓ ਦੁਨੀਆਂ ਭਰ ਦੀ, ਚੋਣਾਂ ਵਾਲਾ ਦਿਨ ਹੋਵੇ ਨਾ। ਆਖੋ ਵਾਹਿਗੁਰੂ ਵਾਹਿਗੁਰੂ। ਆ ਥੋੜ੍ਹੇ ਦਿਨ ਪਹਿਲਾਂ ਤੁਹਾਡੇ ਇਲਾਕੇ 'ਚ ਕਿਸੇ ਗੁਰਦੁਆਰੇ ਦੀ ਚੋਣ ਹੋਈ ਤੇ ਮੇਰਾ ਇੱਕ ਮਿੱਤਰ ਕਹਿੰਦਾ ਮੈਂ ਵੋਟ ਪਾਵਾਂ, ਮੈਂ ਕਿਹਨੂੰ? ਕਹਿੰਦਾ ਜੀ ਪ੍ਰਧਾਨ ਦੀ ਚੋਣ ਹੋਣ ਲੱਗੀ। ਆਖੋ ਵਾਹਿਗੁਰੂ ਵਾਹਿਗੁਰੂ। ਮੈਂ ਕਿਹਾ ਕੇਸਾਂ ਧਾਰੀ ਅੰਮ੍ਰਿਤਧਾਰੀ ਆ? ਕਹਿੰਦਾ ਨਹੀਂ ਜੀ, ਕੇਸ ਕਟਾਏ ਨੇ, ਸ਼ੇਵ ਕੀਤੀ। ਮੈਂ ਕਿਹਾ ਸੱਜਣਾ ਫਿਰ ਬਾਬਾ ਨਾਨਕ ਕਹਿੰਦੇ ਚੋਰ ਕੀ ਹਾਮਾ ਭਰੇ ਨਾ ਕੋਏ। ਉਹ ਗੁਰੂ ਕਿਉਂ ਸਿੱਖੋ ਆਪਣਾ ਅਮਾਨ ਵੇਚਣ ਲੱਗੇ, ਆਪਣੀ ਵੋਟ ਦੇਣ ਲੱਗੇ। ਇਹ ਅਮਾਨ ਹੈ, ਮੈਂ ਇਹ ਤੇ ਭਰੋਸਾ ਜਤਾਉਣਾ। ਵੋਟ ਦਾ ਮਤਲਬ ਕੀ ਹੁੰਦਾ? ਮੈਂ ਇਸ ਬੰਦੇ ਤੇ ਭਰੋਸਾ ਜਤਾਉਣਾ ਤੇ ਭਰੋਸਾ ਜਤਾਉਣ ਲੱਗੇ ਕਿਸੇ ਚੋਰ ਨੂੰ ਵੋਟ ਨਾ ਪਾ ਦਿਓ। ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀ ਆ ਚੰਗਾ ਕਿਉਂ ਹੋਏ, ਸੁਣ ਮਨ ਅੰਧੇ ਕੁੱਤੇ ਕੁੜਿਆਰ, ਬਿਨ ਬੋਲੇ ਬੁੱਝੀਏ ਸੱਚਿਆ। ਉਸ ਮਾਲਕ ਦੇ ਦਰ ਤੇ ਝੂਠਾ ਨਾ ਹੋਈ। ਆਖੋ ਵਾਹਿਗੁਰੂ ਵਾਹਿਗੁਰੂ। ਤੁਸੀਂ ਇੱਥੇ ਤਰਲਾ ਪਾਇਓ, ਜਿਉਂ ਜਾਣੋ ਤਿਉਂ ਕਰ ਗਤ ਮੇਰੀ, ਇਹ ਤਰਲਾ ਹੈ। ਆਖਰੀ ਨਹੀਂ ਦਿੰਦੇ ਭਾਜੀ, ਜਿਤਨਾ ਜਾਣਦੇ ਹੋ ਨਾ ਮੇਰਾ ਭਲਾ ਕਰੋ। ਆਹ ਸ਼ਬਦ ਇਹ ਜੇ ਚੰਗੀ ਤਰ੍ਹਾਂ ਵੇਖ ਲਓ, ਬਸ ਸਮਾਪਤੀ ਕਰਨ ਲੱਗਾ, ਇੱਕ ਮਿੰਟ ਸਿੱਧੇ ਜੋ, ਜਿਉਂ ਜਾਣੋ ਪਤਾ ਲੱਗ ਗਿਆ ਜੀ। ਆਪਾਂ ਕਹਿੰਦੇ ਹਾਂ ਵੀ ਭਾਜੀ ਜਿਤਨਾ ਵੀ ਹੁੰਦਾ ਹੈ ਮੇਰਾ ਕੰਮ ਤੁਸੀਂ ਕਰਨਾ ਜੇ, ਅੱਜ ਤੁਸੀਂ ਵੀ ਆਣ ਕੇ ਕਹੋ ਕਹਿ ਰਵਿਦਾਸ ਸ਼ਰਨ ਪ੍ਰਭ ਤੇਰੀ, ਜਿਉਂ ਜਾਣੋ ਜਿਉਂ ਜਾਣੋ
ਜਿਉਂ ਜਾਣੋ ਤਿਉਂ ਕਰ ਗਤ ਮੇਰੀ, ਜਿਉਂ ਜਾਣੋ ਤੂੰ ਕਰ ਗਤ ਮੇਰੀ। ਬਸ ਮੇਰਾ ਸਾਹਿਬ ਕਿਰਪਾ ਕਰੇ, ਰਾਤ ਦੇ ਦੀਵਾਨ ਪੂਰੇ ਹੋ ਗਏ, ਅਗਲਾ ਦੀਵਾਨ ਫਰੀ ਮੁੰਟ ਜਾ ਕੇ ਸੋਮਵਾਰ ਸ਼ਾਮ ਨੂੰ ਜੋ ਦਿਨ ਆਵੇ ਸੋ ਦਿਨ ਜਾਏ। ਇੱਥੇ ਵੀ ਬੜੇ ਸੁਹਾਣੇ ਦੀਵਾਨ ਲੱਗਣੇ ਨੇ ਵਿਸਾਖੀ ਤੱਕ ਦੇ। ਅਖੋ ਵਾਹਿਗੁਰੂ ਵਾਹਿਗੁਰੂ। ਉੱਥੋਂ ਜੇ ਤੁਸੀਂ ਫੇਸਬੁੱਕ 'ਤੇ ਰੇਡੀਓ 'ਤੇ ਸੁਣ ਸਕੋ ਤਾਂ ਲੜੀਵਾਰ ਕਥਾ ਉੱਥੇ ਹੁੰਦੀ ਰਹਿਣੀ ਅਗਲੀ ਭਗਤਾਂ ਦੀ ਬਾਣੀ ਦੀ। ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਕੋਈ ਬੰਦਾ ਨਗੁਰਾਣਾ ਰਹਿ ਜੇ। ਮੇਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਅਰਦਾਸ ਹੈ, ਸਾਹਿਬਾ ਸਾਡੇ ਔਗਣ ਨਾ ਚਿਤਾਰੀ, ਸਾਡੇ ਗੁਨਾਹ ਨਾ ਵੇਖੀ। ਤੂੰ ਅਣਜਾਣ ਬੱਚੇ ਜਾਣ ਕੇ ਹਮ ਬਾਰਕ ਮੁਗਧ ਐਣ ਪਿਤਾ, ਸਮਝਾਵੇਂਗੇ ਤੁਸੀਂ ਸਾਨੂੰ ਸਮਝਾਓ, ਅੰਮ੍ਰਿਤ ਛਕਾਓ, ਗੁਰੂ ਵਾਲੇ ਬਣਾਓ, ਆਪਣੇ ਲੜਨਾ ਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।